ਸਰਬ ਕਲਾ ਸਮਰੱਥ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹੇ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਵੱਤ ਨਾਨਕ ਦੇ ਕਰ ਵੱਤ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਧਨ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਧਨ ਸਾਰ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਗੁਰ ਵੱਡ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਗੁਰ ਵੱਡ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਆਪ ਮੁਕਤ ਮੋਹ ਤਾਰੇ ਆਪ ਕੈਸਾ ਸਤਿਗੁਰੂ ਕਿਹੜਾ ਰਾਹ ਦੱਸਿਆ ਪ੍ਰਭ ਕੀ ਆਗਿਆ ਆਤਮ ਹਤਾਵੇ ਇਹ ਰਾਹ ਦੱਸਿਆ ਕਿਸੇ ਨੇ ਨਹੀਂ ਦੱਸਿਆ ਰੋਏ ਨੇ ਜਰਾ ਕਿ ਬਿਪਤਾ ਪਈ ਰੋਏ ਬੜੇ ਬਿੱਲ ਲਾਏ ਐਸਾ ਸਤਿਗੁਰੂ ਜੀ ਨੇ ਆਪਣੇ ਮਰੀਦਾਂ ਨੂੰ ਵੀ ਦੱਸਿਆ ਗੁਰੂ ਕਿਉਂ ਸਿੱਖੋ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਇਤਰਾਂ ਦਾ ਮੇਰੇ ਪੁੱਤਰੋ ਜੀਵਨ ਬਣਾਇਓ ਜੋ ਹੋਆ ਇਹ ਛੋਟੀ ਜਿਹੀ ਕਹਾਣੀ ਨੇ ਗੀ ਰਟਨ ਕਰ ਲੈਣਾ ਵੱਖਰੀ ਗੱਲ ਆ ਉਹਨੂੰ ਫੀਲ ਕਰਨਾ ਮਹਿਸੂਸ ਕਰਨਾ ਤੁਸੀਂ ਇੱਕ ਮਿੰਟ ਮੈਨੂੰ ਦੱਸੋ ਹੁਣ ਦਿਨ ਤੋਂ ਰਾਤ ਪਈ ਆ ਆਖੋ ਵਾਹਿਗੁਰੂ ਜਿਨ ਦਿਨ ਕਰਕੇ ਕੀਤੀ ਖੁੱਲ੍ਹ ਕੇ ਬੋਲੋ
ਜਿਨ ਦਿਨ ਕਰਕੇ ਕੋਈ ਪਾਵਰ ਉਹਨੂੰ ਰੋਕ ਸਕਦੀ। ਜਦੋਂ ਰਾਤ ਤੋਂ ਦਿਨ ਚੜ੍ਹਨਾ ਆ ਕੋਈ ਰੋਕ ਸਕਦਾ? ਪੁੱਤ ਇੱਧਰ ਨੂੰ ਨਾ, ਮੇਰੀ ਬੱਚੀ ਤੈਨੂੰ ਅੱਗੇ ਬਾਲਿਆ ਸਦਕੇ, ਇੱਧਰ ਉੱਧਰ ਨਾ ਵੇਖਿਆ ਕਰੋ। ਜਿੰਨੀ ਸੰਗਤ ਆਉਂਦੀ ਜੇ ਆਪਾਂ ਉਹਨਾਂ ਦੀ ਕਾਊਂਟਿੰਗ ਦਿਮਾਗ 'ਚ ਕਰਨ ਲੱਗੇ, ਸ਼ਬਦ ਕਿਹੜੇ ਵੇਲੇ ਸੁਣਾਂਗੇ, ਕੌਣ ਆਇਆ ਹੈ, ਉਹਨੇ ਸੂਟ ਕਿਸ ਤਰ੍ਹਾਂ ਦਾ ਪਾਇਆ ਹੈ, ਇਹ ਰੌਲਾ ਹੀ ਤਾਂ ਬੰਦ ਕਰਨਾ ਸੀ। ਸ਼ਾਂਤ ਹੋ, ਆਪਣੇ ਅੰਦਰ ਨੂੰ ਚੁੱਪ ਕਰਾਓ, ਕਿਉਂਕਿ ਸੁਣਨ ਲਈ ਚੁੱਪ ਹੋਣਾ ਪੈਂਦਾ ਹੈ, ਸੁਣਨ ਲਈ। ਇੱਕ ਐਸਾ ਸਤਿਗੁਰੂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਹਨੇ ਆਪ ਹੀ ਪਰਮੇਸ਼ੁਰ ਦੀ ਆਗਿਆ ਨੂੰ ਆਪਣੇ ਅੰਦਰ ਨਹੀਂ ਲਿਆਂਦਾ, ਆਪ ਹੀ ਜੀਵਨ ਮੁਕਤ ਨਹੀਂ ਹੋਇਆ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ, ਆਪ ਮੁਕਤ ਸੀ। ਅਤੇ ਆ ਜਿੰਨੀਆਂ ਮੇਰੀਆਂ ਧੀਆਂ ਨੇ ਸਿਖਾਇਆ ਹੈ, ਤੁਹਾਡੀਆਂ ਦਾਦੀਆਂ, ਦਾਦੀਆਂ ਪੜਦਾਦੀਆਂ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ, ਸਾਲ ਸਾਲ ਦੇ ਬੱਚਿਆਂ ਦੇ ਕਲੇਜੇ ਕਢਾ ਕੇ ਮੂੰਹਾਂ 'ਚ ਪਵਾਏ, ਪ੍ਰਭ ਕੀ ਆਗਿਆ ਆਤਮ ਹਤਾਵੈ ਜੋ ਹੋਆ ਹੋਵਤ ਸੋ ਜਾਣੈ, ਇਹਦੇ ਵਿੱਚ ਵੀ, ਇਹਦੇ ਵਿੱਚ ਵੀ ਧਿਆਨ ਦਿਓ। ਜਦੋਂ ਬੱਚੇ ਦਾ ਕਲੇਜਾ ਮੂੰਹ 'ਚ ਪੈ ਰਿਹਾ, ਅਤੇ ਇਹਨੂੰ ਵੀ ਪ੍ਰਭ ਆਪਣੇ ਕਾ ਹੁਕਮ ਪਛਾਣਿਆ, ਨਹੀਂ ਬਦਲਗਾ, ਇਹਨੂੰ ਵੀ ਰੱਬ ਦਾ ਹੁਕਮ ਮੰਨਿਆ, ਸਾਡੇ ਤੋਂ ਦੂਰ ਚਲੇ ਗਈ ਗੱਲ, ਅੱਖ ਵਾਹਿਗੁਰੂ ਸਾਡੇ ਤੋਂ ਮੰਨ ਰਹੇ ਹੋ ਗੱਲ, ਇਹ ਜਿਹੜੀ ਅਵਸਥਾ ਸੀ ਕਦੀ, ਗੁਰੂ ਕਿਰਪਾ ਕਰੇ ਹੁਣ ਤਾਂ ਸਮਾਂ ਇਸ ਤਰ੍ਹਾਂ ਦਾ ਨਹੀਂ। ਮੁਗਲਾਂ ਦੇ ਵੇਲੇ ਕਿਹੜੇ ਕਿਹੜੇ ਜ਼ੁਲਮ ਨੇ ਜਿਹੜੇ ਸਿੱਖ 'ਤੇ ਨਹੀਂ ਹੋਏ, ਹੁਣ ਹੋ ਰਹੇ ਨੇ। ਮੇਰਾ ਵੀਰ ਕਵੀ ਦੱਸਣ ਡਿਆ ਸੀ, ਜੇ ਤੁਸੀਂ ਸੁਣ ਰਹੇ ਹੁੰਦੇ ਤਾਂ, ਅੱਖ ਵਾਹਿਗੁਰੂ, ਹੁਣ ਦੁਸ਼ਮਣ ਸਾਹਮਣੇ ਨਹੀਂ ਆਉਂਦਾ। ਇੱਕ ਜਨਮ ਸਾਖੀ 'ਚ ਬਚਨ ਲਿਖਿਆ, ਜੇ ਤੁਸੀਂ ਧਿਆਨ ਨਾਲ ਸੁਣੋ, ਬਾਬਾ ਨਾਨਕ ਕਹਿੰਦਾ ਹਿੰਦੂ ਜਾਤ ਅਠੂਆਂ, ਅਠੂਆਂ ਅਠੂਏ ਤੁਹਾਡੇ ਨਹੀਂ ਕਹਿੰਦੇ, ਵਿਸ਼ੂਏ ਨੂੰ, ਵਿਸ਼ੂਏ ਨੂੰ ਕਹਿੰਦੇ ਵਿਸ਼ੂਆ, ਵਿਸ਼ੂਆ, ਅਤੇ ਵਿਸ਼ੂਆ ਸਾਹਮਣੇ ਹੋ ਕੇ ਨਹੀਂ ਲੜਦਾ। ਹਿੰਦੂ ਜਾਤ ਅਠੂਏ ਆ, ਕਿਸੇ ਕਮਿਊਨਿਟੀ ਉਹਨੂੰ ਨਹੀਂ ਕਹਿ ਰਿਹਾ ਜਿਹਦੀ ਸੋਚ ਇਸ ਤਰ੍ਹਾਂ ਦੀ ਆ। ਉਹ ਬੁੱਕਲ 'ਚ ਬੈਠਾ ਸੀ ਗੰਗੂ, ਨਹੀਂ ਪਤਾ ਲੱਗਾ, ਘਰ ਹੀ ਰੋਟੀ ਖਾ ਰਿਹਾ ਸੀ, ਮਗਰ ਪਤਾ ਨਹੀਂ ਸੀ, ਡੰਗ ਮਾਰਜੂ। ਹਿੰਦੂ ਜਾਤ ਅਠੂਏ ਆ, ਤੁਰਕ ਨੇ ਕਾਲੇ ਨਾਗ, ਨਹੀਂ ਤੁਰਕ ਨੇ ਸਾਹਮਣੇ ਆਣ ਕੇ ਆਉਂਦੇ, ਆਉਂਦੇ ਆ ਇੱਧਰ ਲੜ ਲਾ, ਜਾਂ ਮਰ ਜਾ ਜਾਂ ਮਾਰ ਦੇ। ਇਹ ਕਾਲੇ ਨਾਗ ਦੀ ਕਹਾਣੀ ਹੈ, ਤੁਰਕ ਨੇ ਕਾਲੇ ਨਾਗ, ਹਿੰਦੂ ਦਗਾ ਕਮਾਮ ਦਾ ਅਤੇ ਤੁਰਕ ਕਰਦਾ ਅਜਾਬ। ਜਨਮ ਸਾਖੀ 'ਚ ਗੁਰੂ ਨਾਨਕ ਸਾਹਿਬ ਜੀ ਮੱਕੇ ਮਦੀਨੇ 'ਚ ਕਹਿ ਰਿਹਾ, ਆਖੋ ਵਾਹਿਗੁਰੂ, ਮੂੰਹ 'ਤੇ ਕਹਿ ਰਿਹਾ, ਮਰਦ ਸੀ ਨਾ, ਸੱਚ ਮੂੰਹ 'ਤੇ ਕਹਿ ਰਿਹਾ। ਵੇਖੋ ਤੁਹਾਡੀ ਕਹਾਣੀ ਹੈ, ਤੁਸੀਂ ਸਾਹਮਣੇ ਆਣ ਕੇ ਲੜਦੇ ਹੋ, ਸੂਰਮੇ ਨਾਲ ਸੂਰਮਾ ਲੜੇ, ਇੱਕ ਮਰ ਜਾਵੇ ਇੱਕ ਮਾਰ ਦੇਵੇ, ਇਹ ਕਹਾਣੀ ਯੁੱਗਾਂ ਤੋਂ ਚੱਲਦੀ ਆਈ, ਮਗਰ ਬੁੱਕਲ ਵਿੱਚ ਰਹਿ ਕੇ ਡੰਗ ਮਾਰਨੇ ਜਿਹੜੇ ਨੇ, ਕਿਸੇ ਨੂੰ ਪਤਾ ਹੀ ਨਾ ਲੱਗਣ ਦੇਣਾ, ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਇਹ ਜਿਹੜੀ ਤੁਹਾਡੀ ਅਤੇ ਮੇਰੀ ਕਹਾਣੀ ਸੀ, ਧੀਆਂ ਨੂੰ, ਵੀਰਾਂ ਨੂੰ, ਗੁਰਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਦੁੱਖ ਆਇਆ ਹੈ, ਉਹ ਦੱਸਣ ਵਾਲੇ ਨੇ ਸਾਨੂੰ ਰਾਹ ਦੱਸਿਆ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਕਿਤਿਆਂ ਦੁੱਖ ਭੋਗ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ।
ਪ੍ਰਭ ਕੀ ਆਗਿਆ ਤੁਸੀਂ ਆ ਮੈਨੂੰ ਪਤਾ ਤੁਹਾਡੇ 'ਚੋਂ ਬਹੁਤ ਸਾਰੀਆਂ ਧੀਆਂ ਵੀਰ ਸੁਖਮਨੀ ਸਾਹਿਬ ਪੜ੍ਹਦੇ ਜਦੋਂ ਇਹ ਪਤਾ ਆਊਗਾ ਨਾ ਇਹਦੇ ਦੀਦਾਰ ਕਰੋ। ਪ੍ਰਭ ਕੀ ਆਗਿਆ ਆਤਮ ਹਤਾਵੇ, ਜਿਹਨੇ ਪਰਮੇਸ਼ੁਰ ਦੀ ਆਗਿਆ ਨੂੰ ਆਪਣੀ ਜ਼ਿੰਦਗੀ 'ਚ ਲਿਆਂਦਾ ਜੀਵਨ ਮੁਕਤ ਸੋਹ ਕਹਾਵੇ। ਉਹਦੀ ਨਿਸ਼ਾਨੀ ਕੀ ਹੈ ਜੀ? ਤੈਸਾ ਹਰਖ। ਇਹ ਗੱਲਾਂ ਕਰਨੀਆਂ ਸੌਖੀ, ਕਦੀ ਪੀਤਾ ਸੁਖਮਨੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਪੀਤਾ ਇਹਨੂੰ? ਤੈਸਾ ਹਰਖ, ਉਹ ਮਾਛੀਵਾੜੇ ਦੇ ਜੰਗਲਾਂ 'ਚ ਪਿਆਜ ਲੰਮੇ ਜਿਹਦੀ ਇਹ ਅਵਸਥਾ ਹੈ। ਅਨੰਦਪੁਰ ਦੇ ਅਨੰਦਗੜ੍ਹ ਕਿਲ੍ਹੇ ਦੇ ਵਿੱਚ ਅਜੀਤ ਸਾਹਮਣੇ ਖੇਡ ਰਿਹਾ ਹੈ, ਜੁਝਾਰ ਸਾਹਮਣੇ ਖੇਡ ਰਿਹਾ ਹੈ, ਫਤਿਹ ਸਿੰਘ ਸਾਹਮਣੇ ਖੇਡ ਰਿਹਾ, ਇਹ ਨੇ ਖੁਸ਼ੀ ਦੀਆਂ ਘੜੀਆਂ। ਤੈਸਾ ਹਰਖ, ਹਰਖ ਮਣੇ ਖੁੱਲ੍ਹ ਕੇ ਬੋਲੋ, ਇੱਕ ਹਿਰਖ ਹੁੰਦਾ ਹੈ ਜਿਹੜਾ ਕਿਸੇ ਦੇ ਘਰ ਕਰਨ ਜਾਈਦਾ, ਉਹਨੂੰ ਹਿਰਖ ਕਹਿੰਦੇ, ਹਰਖ ਖੁਸ਼ੀ ਨੂੰ ਕਹਿੰਦੇ। ਆਖੋ ਵਾਹਿਗੁਰੂ। ਐਸਾ ਮੇਰਾ ਸਤਿਗੁਰੂ ਜਿਹੜਾ ਕਹਿੰਦਾ ਹੈ, ਸਿੱਖ ਉਹ ਆ ਜਿਹਦੀ ਜ਼ਿੰਦਗੀ ਵਿੱਚ ਖੁਸ਼ੀ ਅਤੇ ਗਮੀ ਇੱਕ ਹੋ ਗਈ। ਤੈਸਾ ਹਰਖ, ਉਹੋ ਜਿਹੀ ਗਮੀ ਅਤੇ ਉਹੋ ਜਿਹੀ ਖੁਸ਼ੀ, ਐਸਾ ਗੁਰੂ ਹੈ। ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲੇ ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ ਤੈਸਾ ਹਰਖ, ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਇਹ ਦੱਸਣ ਡਿਆ ਮੇਰਾ ਗੁਰੂ ਸਿੱਖ ਦੀ ਅਵਸਥਾ, ਜਿਹਨੇ ਪਰਮੇਸ਼ੁਰ ਦੀ ਆਗਿਆ ਨੂੰ ਆਪਣੇ ਅੰਦਰ ਲਿਆਂਦਾ। ਤੈਸਾ ਹਰਖ, ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ। ਇਹ ਅਵਸਥਾ ਹੈ ਸਿੱਖ ਦੀ। ਜੈਸੀ ਆਗਿਆ ਕਿੰਨੀ ਠਾਕੁਰ ਤੇ ਮੁੱਖ ਨਹੀਂ ਮੋਰਿਓ। ਕਦੀ ਆਨੰਦਾਂ ਦੀ ਪੁਰੀ ਵਿੱਚ ਚੌਰ ਝੁੱਲ ਰਿਹਾ ਸਿਰ 'ਤੇ, ਆਖੋ ਵਾਹਿਗੁਰੂ। ਲੋਕ ਬਾਦਸ਼ਾਹ ਕਹਿੰਦੇ ਨੇ ਇਹਨੂੰ ਬਾਜਾਂ ਵਾਲਾ, ਅੱਜ ਹੱਥ 'ਤੇ ਬਾਜਾ ਨਹੀਂ। ਲੋਕ ਇਹਨੂੰ ਕਲਗੀਆਂ ਵਾਲਾ ਕਹਿੰਦੇ, ਅੱਜ ਸਿਰ 'ਤੇ ਕਲਗੀ ਹੈ ਨਹੀਂ। ਤੈਸਾ ਹਰਖ, ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਜਾਨ, ਜੋ ਵਰਤਾਏ। ਅੱਜ ਚਮਕੌਰ ਦੀ ਗੜੀ 'ਚੋਂ ਨਿਕਲਿਆ ਨੰਗੇ ਪੈਰੀ, ਅਤੇ ਕਲੇਜੇ ਵਿੱਚ ਇਹ ਧਾਰਨ ਕਰਕੇ ਬੈਠਾ ਵੀ ਮੇਰੇ ਰੱਬ ਦੀ ਇਹਦੇ 'ਚ ਕੋਈ ਗੁੱਝੀ ਰਜਾ ਹੈ, ਜੋ ਵਰਤਾਏ। ਪਤਾ ਨਹੀਂ ਲੱਗ ਰਿਹਾ ਜੀ? ਨਹੀਂ ਅਜੇ, ਨਹੀਂ ਨਹੀਂ। ਜੋ ਵਰਤਾਏ, ਜੋ ਮੇਰਾ ਰੱਬ ਵਰਤਾਰਾ ਵਰਤਾ ਰਿਹਾ ਨਾ। ਅਨੰਦਪੁਰ ਸਾਹਿਬ ਵਿੱਚ ਬੈਠਾ ਸੀ ਅਤੇ ਚੋਰ ਹੁੰਦੇ ਸੀ,
ਅੱਜ ਪੁੱਤਰਾਂ ਦੀਆਂ ਲਾਸ਼ਾਂ ਤੋਂ ਦੀ ਲੰਘ ਕੇ ਆਇਆ ਅਤੇ ਨੰਗੇ ਪੈਰ ਨੇ, ਜਾਮਾ ਲੀਰੋ ਲੀ ਰਿਹਾ, ਪੈਰਾਂ 'ਚ ਕੰਡੇ ਵੱਜੇ ਨੇ, ਲਹੂ ਨਿਕਲ ਰਿਹਾ ਹੈ, ਮਗਰ ਜੋ ਇਹ ਵਰਤਾਰਾ ਕਰ ਰਿਹਾ ਨਾ ਮੇਰਾ ਸਾਹਿਬ, ਇਹਦੇ 'ਚ ਕੋਈ ਜੁਗਤੀ ਹੈ? ਆਖੋ ਵਾਹਿਗੁਰੂ। ਇਹਦੇ ਵਿੱਚ ਕੋਈ ਜੋ ਵਰਤਾਏ ਸਾਈ ਜੁਗਤ, ਜਿਹਨੇ ਇਹ ਗੱਲ ਬੁੱਝੀ ਨਾਨਕ ਉਹ ਪੁਰਖ ਕਹੀਏ, ਨਹੀਂ ਆਉਂਦੀ ਬਾਣੀ? ਸੁਸਤ ਬੜੇ 'ਚ ਬੋਲੋ ਨਾ ਫਿਰ। ਜੋ ਵਰਤਾਏ, ਜੋ ਰੱਬ ਵਰਤਾ ਰਿਹਾ ਹੈ ਸਾਨੂੰ, ਤਾਂ ਜਰਾਕ ਹੀਟਰ 'ਚ ਬੈਠਿਆ ਤਾਂ ਬੜਾ ਆਨੰਦ, ਜਰਾ ਕਿ ਨੰਗੇ ਪੈਰੀਂ ਤੁਰਨਾ ਪੈ ਗਿਆ, ਰੱਬਾ ਇਹ ਕੀ ਬਿਪਤਾ ਪਾਤੀ। ਪਿਆਰਿਆ ਤੂੰ ਤਾਂ ਬਿਪਤਾ ਨਾ ਕਿਹਾ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ, ਸਹਿਜ ਆਨੰਦ ਰੱਖਿਓ ਗ੍ਰਹਿ ਪਿੱਤਰ। ਤਾਂ ਮੈਂ ਤਾਂ ਕਈ ਵਾਰ ਬੇਨਤੀ ਕਰਦਾ, ਆਖੋ ਵਾਹਿਗੁਰੂ। ਇਸ ਤਰ੍ਹਾਂ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਇੱਕ ਨਕਸ਼ਾ ਬਣਾ ਕੇ ਰੱਬ ਨੇ ਦਿੱਤਾ, ਇੱਥੋਂ ਆਨੰਦਪੁਰੋਂ ਤੁਰਨਾ ਹੈ, ਧਿਆਨ ਦਿਓ, ਨਹੀਂ ਪਤਾ ਲੱਗਦਾ। ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਹੈ, ਫਿਰ ਤੁਸੀਂ ਨਰਮੋਹਗੜ੍ਹ ਤੋਂ ਹੋ ਕੇ ਸਰਸਾ ਨੂੰ ਜਾਣਾ ਹੈ, ਜੇਕੋ ਇੱਕ ਨਕਸ਼ੇ 'ਤੇ ਚੱਲ ਰਿਹਾ ਹੈ, ਜੈਸੀ ਆਗਿਆ ਕਿੰਨੀ, ਜਿੱਥੇ ਰੱਖੇ ਬੈਕੁੰਠ ਤਥਾਹੀ, ਨਹੀਂ ਪਤਾ ਲੱਗਿਆ। ਸਰਸਾ ਦੀ ਨਦੀ ਦਾ ਕੰਢਾ ਮੇਰੇ ਲਈ ਬੈਕੁੰਠ ਆ, ਕਿਉਂਕਿ ਤੂੰ ਉਬਾਲਿਆ, ਤੂੰ ਲਿਆ ਕੇ ਖਿਲਾ ਰਿਹਾ ਉੱਥੇ। ਆਖੋ ਵਾਹਿਗੁਰੂ। ਨਕਸ਼ੇ ਅਨੁਸਾਰ ਬਾਬਾ ਨਿਹੰਖਾਂ ਦੀ ਕੋਟਲੇ ਦੀ ਹਵੇਲੀ ਵਿੱਚ ਵੀ ਜਾਂਦਾ ਹੈ, ਉੱਥੇ ਭਾਈ ਬਚਿੱਤਰ ਸਿੰਘ ਨੂੰ ਉਹਨਾਂ ਦੇ ਸਪੁਰਦ ਕਰਕੇ, ਆਖੋ ਵਾਹਿਗੁਰੂ, ਆ ਫਿਰ ਤੁਰਦਾ ਹੈ। ਪੂਰਮਾਜਰੇ ਤੋਂ ਚਮਕੌਰ ਦੀ ਗੜੀ ਨੂੰ ਜਾਂਦਾ ਹੈ, ਆਖੋ ਵਾਹਿਗੁਰੂ। ਨਕਸ਼ੇ ਮੁਤਾਬਕ ਜਿੱਥੇ ਜਾ ਕੇ ਰੁਕ ਗਿਆ, ਉੱਥੇ ਪੁੱਤ ਵੀ ਵਾਰ ਦੇ ਨਹੀਂ ਮੋੜਿਓ। ਵਾਹ, ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੀ ਅਵਤਾਰ 'ਤੇ ਦੁਨੀਆ 'ਤੇ ਬੜੇ ਹੋਏ, ਤਾਂ ਹੀ ਭਾਈ ਗੁਰਦਾਸ ਸਿੰਘ ਸਾਹਿਬ ਨੇ ਤੇਰੇ ਲਈ ਲਿਖਿਆ ਵੈ, ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਅਕੇਲਾ ਨੂੰ ਫੜੋ ਨਾ ਪਹਿਲਾਂ, ਅਕੇਲੇ ਦਾ ਮਤਲਬ ਇਸ ਦੁਨੀਆ 'ਤੇ ਇਹੋ ਜਿਹਾ ਇਕੱਲਾ ਹੀ ਇੱਕ ਪੁਰਖ ਹੈ, ਰੱਖਿਓ ਗ੍ਰਹਿ ਪਿੱਤਰ, ਨਹੀਂ ਅਰਥ ਆ ਰਿਹਾ? ਸਹਿਜ ਗ੍ਰਹਿ ਪਿੱਤਰ, ਗ੍ਰਹਿ ਮਤਲਬ ਆਪਣੇ ਆਪਣੇ ਹਿਰਦੇ ਰੂਪੀ ਘਰ 'ਚ ਸਹਿਜ ਅਤੇ ਆਨੰਦ ਨਹੀਂ ਛੱਡਿਆ, ਆਨੰਦ ਹੀ ਸੀ ਅਤੇ ਲੰਘ ਗਿਆ, ਕੰਢਿਆਂ ਤੋਂ ਦੀ ਲੰਘ ਗਿਆ, ਕਿਤੇ ਝਾੜੀਆਂ ਪੱਲੇ ਫੜਦੀਆਂ ਰਹੀਆਂ, ਝਾੜੀਆਂ ਚੋਲਾ ਪਕੜ ਪਕੜ ਕੇ ਕਹਿੰਦੀਆਂ ਰਹੇ, ਵੇਰ ਆਈ ਆ, ਤੂੰ ਤਾਂ ਗਾਡੀ ਰਾਹ ਚਲਾ ਕੇ ਲੋਕਾਂ ਨੂੰ ਰਾਹ ਦੱਸਿਆ ਸੀ, ਅੱਜ ਤੂੰ ਰਾਹ ਭੁੱਲ ਗਿਆ ਹੈ। ਆਖੋ ਵਾਹਿਗੁਰੂ। ਜਿਨ੍ਹਾਂ ਝਾੜੀਆਂ ਨੂੰ ਨਹੀਂ ਪਤਾ ਵੀ ਜਿੱਥੇ ਜਿੱਥੇ ਮਾਲਕ ਜੈ ਭੇਜੇ ਤੈ ਜਾਵਾਂ, ਧਿਆਨ ਦਿਓ ਜਰਾ, ਜੈ ਭੇਜੇ
ਜਿੱਧਰ ਨੂੰ ਮੇਰਾ ਮਾਲਕ ਅੱਗੇ ਅੱਗੇ ਬਾਹਾਂ ਫੜ ਕੇ ਲੈ ਕੇ ਜਾ ਰਿਹਾ, ਮੈਂ ਤਾਂ ਉੱਧਰ ਜਾ ਰਿਹਾ, ਮਗਰ ਜੰਗਲ ਦੀਆਂ ਝਾੜੀਆਂ ਕੰਡੇ ਪੁੱਛਦੇ ਨੇ, ਤੂੰ ਤਾਂ ਲੋਕਾਂ ਲਈ ਗਾਡੀ ਰਾਹ ਚਲਾਇਆ ਹੈ, ਨਹੀਂ ਪਤਾ ਲੱਗ ਰਿਹਾ ਗਾਡੀ ਰਾਹ ਸਿੱਧਾ ਰਾਹ ਚਲਾਇਆ ਲੋਕਾਂ ਲਈ, ਅੱਜ ਰਾਹ ਭੁੱਲ ਗਿਆ, ਕੰਡਿਆਂ ਦੇ ਵਿੱਚੋਂ ਦੀ ਤੁਰਿਆ ਜਾਂਦਾ ਹੈ। ਮੋਰ ਪਪੀਏ ਜੰਗਲ ਦੇ ਜਾਨਵਰ ਕਹਿੰਦੇ ਨੇ, ਬੱਚੇ ਕਿੱਥੇ ਹੀ, ਮਗਰ ਉਹ ਇੱਕ ਨਿਰਾਲਾ ਰਾਹੀ ਅਣ ਚਾਹੇ ਹੋਏ ਰਸਤੇ 'ਤੇ ਤੁਰਿਆ ਜਾ ਰਿਹਾ, ਚਲੇ ਗਿਆ ਮਾਛੀ ਵਾਲੇ ਦੇ ਜੰਗਲ ਵਿੱਚ ਪਾਗਾਂ ਵਾਲੇ। ਉਹ ਅੱਜ ਦੇ ਦਿਨ ਜਾ ਕੇ ਉੱਥੇ ਕਦੀ ਵੀ ਤੁਸੀਂ ਵੀ ਲੰਮੇ ਪਿਆ ਕਰੋ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਇੱਕ ਵਾਰ ਮੈਂ ਆਪ ਜੀ ਨੂੰ ਸੁਣਾਇਆ ਸੀ, ਉੱਥੇ ਕੋਈ ਜਾ ਕੇ ਲੰਮੇ ਪੈ ਗਿਆ ਸੀ ਜੰਡ ਸਾਹਿਬ ਵਾਲੀ ਜਗ੍ਹਾ 'ਤੇ, ਅਤੇ ਉਹ ਤਾਂ ਸੁੱਤਾ ਸੀ ਨਾ, ਇਹ ਪੁੱਠਾ ਹੋ ਕੇ ਲੰਮੇ ਪੈ ਕੇ ਘੰਟਿਆਂ ਬੱਧੀ ਰੋਇਆ ਵੀ ਸਾਨੂੰ ਦੱਸ ਹੁਣ ਅਸੀਂ ਕਿੱਧਰ ਜਾਈਏ, ਤੇਰੇ ਪੰਥ ਦੀ ਇਹ ਹਾਲਤ, ਅਸੀਂ ਜਾਈਏ ਕਿੱਧਰ। ਰੋ ਰਾ ਕੇ ਉੱਠ ਕੇ ਲੰਗਰ ਛਕਣ ਚਲੇ ਗਿਆ, ਉੱਥੇ ਖਲੋਤਾ ਸੀ ਉਹ, ਆਖੋ ਵਾਹਿਗੁਰੂ, ਉਹ ਕਿਤੇ ਨਹੀਂ ਗਿਆ, ਉਹ ਕਿਤੇ ਨਹੀਂ ਗਿਆ। ਉਹ ਕਹਿੰਦਾ ਬੜਾ ਰੋਇਆ ਹੈ, ਉਹਨੂੰ ਕਹਿੰਦਾ ਬੜਾ ਰੋਇਆ ਹੈ, ਕੀ ਪੁੱਛਦਾ ਸਾਨੂੰ, ਆਖੋ ਵਾਹਿਗੁਰੂ। ਅੱਗੋਂ ਉਹ ਵੀ ਰੋਇਆ, ਅੱਖਾਂ ਭਰੀਆਂ ਸੀ, ਅਤੇ ਉਹਨੇ ਕਿਹਾ ਮੈਂ ਇਸ ਪਾਸਿਓਂ ਆਇਆ ਸਾਂ, ਇੱਥੇ ਧਿਆਨ ਦਿਓ, ਕਿਤੇ ਨਹੀਂ ਗਿਆ, ਮੈਂ ਇਸ ਪਾਸਿਓਂ ਆਇਆ ਸਾਂ, ਅਤੇ ਤੁਸੀਂ ਤਾਂ ਅਜੇ ਕੁਝ ਵੀ ਨਹੀਂ ਰੁਲੇ, ਇੱਕ ਮੇਰੀ ਜ਼ਿੰਦਗੀ ਆ, ਮੈਂ ਤਖਤਾਂ 'ਤੇ ਬਹਿ ਕੇ ਸ਼ਹਿਨਸ਼ਾਹ ਵੀ ਅਖਵਾਇਆ, ਮੈਂ ਜੰਗਲਾਂ 'ਚ ਫਕੀਰ ਵੀ ਅਖਵਾਇਆ, ਮੈਂ ਵੱਸ ਕੇ ਵੀ ਵਿਖਾਇਆ, ਮੈਂ ਉੱਜੜ ਕੇ ਵੀ ਵਿਖਾਇਆ, ਮਗਰ ਅਵਸਥਾ ਨੂੰ ਠੇਸ ਨਹੀਂ ਪਹੁੰਚੀ, ਅਵਸਥਾ ਡਿੱਗੇ ਨਾ ਡੋਲੇ, ਦਿਲ ਕਰ ਮਹਿਸੂਸ ਕਰਦੇ ਕਿ ਵੈਸੇ ਰਿਪੀਟ ਕਰ ਦਿਓ, ਡਿੱਗੇ ਨਾ ਡੋਲੇ, ਦਿਲ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਲੋਕਾਂ ਨੂੰ ਰਾਹ ਦੱਸਣ ਵਾਲਾ ਮਾਛੀਵਾੜੇ ਦੇ ਜੰਗਲ ਵਿੱਚ ਅੱਜ ਲੰਮੇ ਪਿਆ, ਮੇਰਾ ਸਹਿਬੇ ਕਮਾਲ ਪਾਤਸ਼ਾਹ, ਜਿਹਨੂੰ ਨੀਲੇ ਵਾਲਾ ਕਹਿੰਦੇ ਸੀ, ਕਿਸੇ ਵੇਖਣ ਵਾਲੇ ਨੇ ਵੇਖਿਆ ਜੀ ਨੀਲਾ ਵੀ ਨਾਲ ਨਹੀਂ, ਅੱਜ ਬਾਜ ਵੀ ਕੋਲ ਨਹੀਂ, ਅੱਜ ਤਾਜ ਵੀ ਕੋਲ ਨਹੀਂ, ਕਿਸੇ ਦੇ ਸਿਰ 'ਤੇ ਰੱਖ ਕੇ ਆਪਣਾ ਦਮਾਲਾ, ਆਪਣਾ ਤਾਜ ਕਿਸੇ ਦੇ ਸਿਰ 'ਤੇ, ਜਿਹਦਾ ਅੱਜ ਸ਼ਹੀਦੀ ਦਿਨ ਹੈ, ਭਾਈ ਸੰਗਤ ਸਿੰਘ ਸਾਹਿਬ ਜੀ, ਉਹਦੇ ਸਿਰ 'ਤੇ ਇਹਨਾਂ ਦੀ ਸ਼ਕਲ ਸੂਰਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹੂਬ ਹੂ ਮਿਲਦੀ, ਕੱਦ ਕਾਠ ਵੀ ਮਿਲਦਾ, ਉਹਦੇ ਸਿਰ 'ਤੇ ਤਾਜ ਰੱਖ ਕੇ ਭਾਈ ਸਾਹਿਬ ਦੇ ਆਪ ਜੰਗਲ 'ਚ ਲੰਮੇ ਪਿਆ, ਰੋਇਆ ਨਹੀਂ। ਨਿੱਕੀ ਨਿੱਕੀ ਗੱਲ ਤੋਂ ਲੋਕ ਰੋਂਦੇ ਨੇ, ਮੈਂ ਤਾਂ ਕਈ ਵਾਰ ਸੋਚਦਾ ਜਿਸ ਤਰ੍ਹਾਂ ਅੱਜ ਉਮਤ ਜਕਾਰੇ ਛੱਡ ਰਹੀ, ਅਜੇ ਸਾਡੇ 'ਚ ਬਹੁਤ ਕੁਝ ਬਚਿਆ ਹੈ, ਆਖੋ ਵਾਹਿਗੁਰੂ, ਅਜੇ ਸਾਡੇ ਵਿੱਚ ਬਹੁਤ ਕੁਛ ਬਚਿਆ ਹੈ, ਉਹਦੀ ਅੰਸ ਮਨਸ ਦੇ ਮਾਲਕ ਹੋਣ 'ਤੇ, ਵਾਰਸ ਹੋਣ 'ਤੇ ਸਾਡੇ ਵਿੱਚ ਬੜਾ ਕੁਝ ਬਚਿਆ ਹੈ। ਦੁੱਖ ਉਤਰਾ ਹੀ ਹੈ, ਠੰਡ ਦੀਆਂ ਰਾਤਾਂ ਉਤਰਾਂ ਨੇ, ਦੁੱਖ ਤਕਲੀਫਾਂ ਉਤਰਾਂ ਨੇ, ਮੰਜ਼ਿਲ ਅੱਗੇ ਦਿਸ ਨਹੀਂ ਰਹੀ, ਮਗਰ ਫਿਰ ਵੀ ਜਕਾਰੇ ਛੱਡੇ ਜਾ ਰਹੇ, ਫਿਰ ਵੀ ਉਹਦੇ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਾ ਰਿਹਾ। ਲੱਤ 'ਤੇ ਲੱਤ ਚਾੜ ਲਈ, ਟਿੰਡ ਨਾਲ ਪਾਣੀ ਪੀਤਾ ਹੈ, ਰੱਜ ਕੇ ਪਾਣੀ ਪੀਤਾ ਹੈ, ਬੜੇ ਦਿਨਾਂ ਦੇ ਸੁੱਤੇ ਨਹੀਂ, ਵੈਸੇ ਤਾਂ ਸਤਿਗੁਰੂ ਜਾਗਤਾ ਹੋਏ ਦੇ ਹੋ, ਸਰੀਰ ਕਰਕੇ ਆਰਾਮ ਕਰਕੇ ਸਰਾਣੇ ਦੀ ਜਗ੍ਹਾ 'ਤੇ ਇੱਟ ਰੱਖ ਲਈ, ਇੱਟ ਸੋਚੋ ਨਾ ਗੁਰੂ ਕੇ ਸਿੱਖੋ, ਤੁਹਾਡਾ ਸਾਡਾ ਬਾਪ ਆ, ਇੱਕ ਵਾਰ ਸੋਚੋ ਤਾਂ ਸਹੀ। ਗੁਰਵੱਡ ਭਾਗੀ ਪਾਇਆ ਐਸਾ, ਗੁਰਵੱਡ ਭਾਗੀ ਪਾਇਆ, ਗੁਰਵੱਡ ਅੱਖਾਂ 'ਚ ਲਿਆਓ ਗੁਰੂ ਗੋਬਿੰਦ ਸਿੰਘ,
ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਬੇਕਸਾਰਾ ਯਾਰ। ਨੇਤਰ ਮੂੰਦ ਕੇ ਨੀਲੇ ਦਾ ਬਾਣਾ ਵੇਖ ਕੇ, ਬੇਕਸਾਰਾ ਯਾਰ ਕਾਦਰੇ ਹਰ ਕਾਰ, ਹੱਕ ਹੱਕ ਆਈਨਾ ਖਾਲਸੋ ਬੇਕੀਨਾ, ਫਜ਼ਲ ਅੱਲਾ ਨੂਰ ਏਜ ਦੀ ਮਨਜ਼ੂਰ। ਉਹ ਮੇਰਾ ਸਾਹਿਬ ਅੱਜ ਇੱਟ ਦਾ ਸਰਾਣਾ ਲੈ ਕੇ ਟਿੰਡ ਨਾਲ ਭਰ ਕੇ ਪਾਣੀ ਖੂਹ ਅਜੇ ਭਾਗਾਂ ਵਾਲੇ ਉਹ ਹੈਗਾ ਹੈ, ਜਿਹਨੂੰ ਉਹਦੇ ਹੱਥ ਲੱਗੇ ਸੀ ਉਹ ਅਜੇ ਖੂਹ ਹੈਗਾ ਹੈ। ਉੱਥੇ ਟਿੰਡ ਪਈ ਆਖੋ ਵਾਹਿਗੁਰੂ, ਜਿਹੜੀ ਟਿੰਡ ਨਾਲ ਮੇਰੇ ਪ੍ਰੀਤਮ ਪਿਆਰੇ ਨੇ ਰੱਜ ਕੇ ਜਲ ਪੀਤਾ, ਪਤਾ ਨਹੀਂ ਕਿੱਦਣ ਦਾ ਪੀਤਾ ਸੀ, ਰੱਜ ਕੇ ਜਲ ਪੀਤਾ। ਨੇਤਰ ਖੁੱਲ੍ਹੇ, ਅੱਧੀ ਰਾਤ ਹੋਈ ਸੀ, ਚੰਦਰਮਾ ਨੂੰ ਵੇਖਿਆ ਚਮਕਦਿਆਂ, ਅੱਜ ਦੀਆਂ ਸਰਦੀ ਦੀਆਂ ਰਾਤਾਂ, ਅਤੇ ਕਿਸੇ ਅਗੰਮੀ ਰਸ ਵਿੱਚ ਡੁੱਬ ਗਿਆ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ। ਰੋਇਆ ਨਹੀਂ ਆਖੋ ਵਾਹਿਗੁਰੂ, ਰੋਇਆ ਨਹੀਂ। ਜੋ ਨਰ ਦੁੱਖ ਮੈਂ ਸੁੱਖ ਸੁਨੇਹ ਔਰ ਭੈਣੀ ਜਾ ਕੇ ਕੰਚਨ ਮਾਟੀ ਮਾਨੇ। ਉਹ ਸੋਹਣਿਆਂ ਦਾ ਸਰਤਾਜ ਕਿਸੇ ਅਗੰਮੀ ਰਸ ਵਿੱਚ ਡੁੱਬ ਗਿਆ। ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਜੇ ਤਾਂ ਤੁਹਾਡੀ ਇੱਕ ਇੱਕ ਭੈਣ ਭਰਾ ਦੀ ਆਵਾਜ਼ ਨਿਕਲਾਈ ਇੱਥੋਂ, ਤਾਂ ਸਮਝ ਲਓ ਉਹਦੀ ਆਵਾਜ਼ ਸੁਣ ਲਓਗੇ, ਕਿਉਂਕਿ ਉਹ ਜੁੜਿਆ ਸੀ। ਇੰਨਾ ਦੁੱਖ ਸਹਿ ਕੇ, ਇੰਨੀਆਂ ਤਕਲੀਫਾਂ ਸਹਿ ਕੇ, ਪੁੱਤਾਂ ਦੀਆਂ ਲਾਸ਼ਾਂ ਤੋਂ ਦੀ ਲੰਘ ਕੇ, ਉਹਦੀ ਸੁਰਤ ਅਤੇ ਸ਼ਬਦ ਦੇ ਗੀਤ ਨੂੰ ਕੋਈ ਤੋੜ ਨਹੀਂ ਸਕਿਆ। ਜਿੱਥੇ ਸੁਰਤ ਜੁੜੀ ਵਿੱਚ ਗਾਉਂਦਾ ਸੀ, ਤੁਸੀਂ ਵੀ ਕਰੋ ਨਾ ਕਿਰਪਾ। ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਆ ਵੀਰਾਂ ਵਾਲੇ ਪਾਸੇ ਥੋੜ੍ਹਾ ਹੋਰ ਆਨੰਦ 'ਚ। ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਤੁਧ ਬਿਨ ਆ
ਨਾਗਨ ਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਕਹਿਣਾ ਹਾਲ ਗਾਇਆ ਮੇਰਾ ਸਾਬਾ ਸੱਚੀ ਮੁੱਚੀ ਜਿੱਥੇ ਗਿਆਨ ਹੋ ਜਾਂਦਾ ਨਾ ਕਿਸੇ ਨੂੰ ਕੀ ਹੋ ਜਾਂਦਾ ਕੀ ਪੜ੍ਹਦੇ ਹੋ ਜਪਜੀ ਸਾਹਿਬ ਵਿੱਚ ਗਿਆਨ ਖੰਡ ਵਿੱਚ ਕੀ ਪੜ੍ਹਦੇ ਹੋ ਗਿਆਨ ਖੰਡ ਮੈਂ ਜਿੱਦਣ ਕਿਸੇ ਨੂੰ ਪ੍ਰਚੰਡ ਗਿਆਨ ਹੁੰਦਾ ਹੈ ਉੱਥੇ ਰੋਣਾ ਨਹੀਂ ਰਹਿੰਦਾ ਚਾਰ 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 ਨਾਦ ਵਿਨੋਦ ਕੋਡ ਆਨੰਦ ਇਹ ਚੀਜ਼ਾਂ ਰਹਿੰਦੀਆਂ ਰੋਣਾ ਮੁੱਕ ਗਿਆ ਉੱਥੇ ਰੋਣਾ ਹਾਜ਼ਰੋ ਗਿਆਨੀ ਬੰਦੇ ਦੀ ਜ਼ਿੰਦਗੀ 'ਚ ਰੋਣਾ ਨਹੀਂ ਹੈਗਾ ਨਾਦ ਬੋਲੋ ਜਰਾ ਨਾਦ ਮੈਨੇ ਗੀਤ ਗਿਆਨੀ ਪੁੱਤਾਂ ਦੀਆਂ ਲਾਚਾਂ ਕਿੱਧਰ ਵਹਿੰਦੇ ਹੋ ਜੀ ਗਿਆਨੀ ਪੁੱਤਾਂ ਦੀਆਂ ਲਾਛਾਂ ਤੋਂ ਦੀ ਲੰਘ ਕੇ ਵੀ ਰੋਂਦਾ ਹੈ ਅਸੀਂ ਕੋਠੀਆਂ 'ਚ ਬੈਠੇ ਵੀ ਉਹ ਗਾਉਂਦਾ ਹੈ ਪੁੱਤਾਂ ਦੀਆਂ ਲਾਛਾਂ ਦੀ ਲੰਘ ਕੇ ਜਾ ਕੇ ਫੁਰਸਤ ਦੇ ਪਲ ਮਿਲੇ ਫੁਰਸਤ ਦੇ ਪਲ ਮਿਲੇ ਰੋਇਆ ਨਹੀਂ ਸੱਚੀ ਮੁੱਚੀ ਜੀ ਕੋ ਮੋਹ ਮਾਇਆ ਦੇ ਵਿੱਚੋਂ ਦੀ ਤਾਰੀਆਂ ਲਾ ਕੇ ਲੰਘ ਗਿਆ ਜਿੱਥੇ ਅਸੀਂ ਪੰਕਜ ਮੋਹ ਜਿੱਥੇ ਸਾਰੇ ਡੁੱਬੇ ਪਏ ਹਾਂ ਮੇਰਾ ਪ੍ਰੀਤਮ ਪਿਆਰਾ ਤਾਰੀਆਂ ਲਾ ਕੇ ਲੰਘ ਗਿਆ ਨਾਦ 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 ਮੈਨੇ ਗੀਤ ਉਹਦੀ ਜ਼ਿੰਦਗੀ 'ਚ ਰਹਿ ਹੀ ਗੀਤ ਜਾਂਦਾ ਹੈ ਜਿਹੜਾ ਗਿਆਨੀ ਹੋ ਜਾਵੇ ਇੱਕ ਮਿੰਟ ਲਈ ਇਸ ਤਰ੍ਹਾਂ ਦੀ ਪੱਗ ਬੱਧੀ ਅਤੇ ਤੰਬੀ ਪਾਏ ਵਾਲੇ ਨੂੰ ਗਿਆਨੀ ਨਾ ਕਹਿਣਾ ਗਿਆਨੀ ਉਹ ਆ ਜਿਹਨੂੰ ਗਿਆਨ ਹੋਇਆ ਹੈ ਪਤਾ ਲੱਗਾ ਜੀ ਅਸੀਂ ਗਿਆਨੀ ਸ਼ਬਦ ਨੂੰ ਬੜਾ ਰੋਲਿਆ ਹੈ ਜਿਹੜਾ ਵਿਚਾਰਾ ਵੇਖਿਆ ਜਿਹਦੇ ਸਿੱਧ ਤੰਬੀ ਪਾਈ ਆ ਪੱਗ ਸਿੱਧੀ ਬੱਧੀ ਜਾਂ ਗੋਲ ਬੱਧੀ ਉਹਨੂੰ ਕੀ ਆਨੇ ਨਹੀਂ 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 ਗਿਆਨੀ ਜਿਹਨੂੰ ਗਿਆਨ ਹੋਇਆ ਅਤੇ ਸੱਚੀ ਮੁੱਚੀ ਐਸਾ ਗਿਆਨ ਹੁੰਦਾ ਹੈ 24 ਘੰਟੇ ਗੀਤ ਉਹਦੇ ਚਿਹਰੇ 'ਤੇ ਵਿਨੋਦ ਵਿਨੋਦ ਮੀਨਜ਼ ਹੱਸਦਾ ਹੈ ਖਿੜਖੜਾ ਕੇ ਹੱਸਿਆ ਖਿੜਖੜਾ ਕੇ ਹੱਸਿਆ ਇਕੱਲਾ ਕੰਮ ਨਿਬੜਿਆ ਹੱਸਿਆ ਆਖੋ ਵਾਹਿਗੁਰੂ ਕੋਡ ਖੁਸ਼ੀ ਵੇਖੋ ਚਾਰ ਫੁੱਲ ਖਿੜੇ ਨਾਦ ਵਿਨੋਦ ਕੋਡ ਆਨੰਦ 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 ਸਵੇਰੇ ਵੀ ਕਿਹਾ ਸੀ ਤੇਰੇ ਘਰ ਅਤੇ ਵਧਾਈ ਕਿਸੇ ਨੇ ਨਹੀਂ ਆਣ ਕੇ ਆਖਿਆ ਮਾੜਾ ਹੋਇਆ ਪੈਗਾਮ ਸਰਹੰਦ ਸੇ ਆਨਾ ਧਿਆਨ ਦਿਓ ਪੈਗਾਮ ਸੁਣ ਕੇ ਤੇਰਾ ਫਰਮਾਣਾ ਸੁਣ ਕੇ ਉਸ ਪੈਗਾਮ ਨੂੰ ਨੂਰੇ ਮਾਹੀਏ ਕੋਲੋਂ ਸੁਣ ਕੇ ਰਾਏਕੋਟ ਬੈਠੇ ਨੂੰ ਸੁਣਿਆ ਨੂਰੇ ਨੇ ਆਣ ਕੇ ਦੱਸਿਆ ਪੈਗਾਮ ਸਰਹੰਦ ਸੇ ਆਣਾ ਸੁਣ ਕਰ ਤੇਰਾ ਫਰਮਾਣਾ ਅਮਾਨਤ ਸੀ ਅਦਾ ਹੋ ਗਈ ਨਹੀਂ ਪਤਾ ਲੱਗਾ ਆ ਨਾਡਾ ਸਾਹਿਬ ਵਾਲੀ ਕਿੱਥੇ ਚਲੇ ਗਈ ਕਿੱਥੇ ਚਲੇ ਗਈ ਹਾਜ਼ਰ ਹੋ ਫਿਰ ਦੱਸਦਾ ਪੈਗਾਮ ਸਰਹੰਦ ਸੇ ਆਣਾ ਨੂਰੇ ਮਈ ਆਣ ਕੇ ਦੱਸਿਆ ਸੀ ਨਾ ਅੱਖ ਵਾਹਿਗੁਰੂ ਪੈਗਾਮ ਸਰਹੰਦ ਸੇ ਆਣਾ ਸੁਣ ਕਰ ਤੇਰਾ ਫਰਮਾਣਾ ਅਮਾਨਤ ਥੀ ਅਦਾ ਹੋ ਗਈ ਇਹ ਤੂੰ ਹੀ ਸੈਂ ਤੂੰ ਉਹਦੀ ਅਮਾਨਤ ਨੂੰ ਜਾਣਿਆ ਵੀ ਇਹ ਉਹਦੀ ਵਸਤ ਆ ਉਹਦੇ ਅੱਗੇ ਰੱਖਤੀ ਜਿਸ ਕੀ ਵਸਤ ਪ੍ਰਭ ਕੀ ਆ ਗਿਆ ਉਸ 'ਤੇ ਚੌਗੁਣ ਕਰੇ ਨੇ ਕੋਈ ਆਵੇ ਤਾਂ ਸਹੀ ਇਸ ਪੜਾ 'ਤੇ ਕਿਸੇ ਦੀ ਸੁਰਤ ਇੱਥੇ ਆਵੇ ਤਾਂ ਸਹੀ
ਕੰਡਾ ਵੱਜ ਜਾਏ, ਇੱਕ ਟੋਏ 2-4-5-10 ਰੁਪਈਏ ਦਾ ਕੋਈ ਖੋਲ੍ਹੇ ਹੱਥੋਂ ਅਤੇ ਰੋਣਾ ਸ਼ੁਰੂ ਕਰ ਦਿੰਦੇ ਹਾਂ। ਉਹ ਸੱਜਣਾ ਜਿਹਦੇ ਕੋਲੋਂ ਅਨੰਦਪੁਰ ਦਾ ਕਿਲ੍ਹਾ ਖੁੱਸਿਆ, ਜਿਹਦੇ ਕੋਲ ਜਾਨ ਤੋਂ ਪਿਆਰੇ ਸਿੱਖ ਖੁੱਸੇ, ਉਹਦਾ ਵੇਖ ਤੂੰ ਉਹਦਾ ਪੋਤੇ ਜਾ ਕੇ ਬਾਪ ਐਸੀ ਕਰੀ ਪੂਤ ਐਸੀ ਸਰੀ, ਜਿਹਦੇ ਪਿਓ ਨੇ ਇਸ ਤਰ੍ਹਾਂ ਕੀਤਾ ਹੋਵੇ ਅਤੇ ਪੁੱਤ ਅੱਜ ਨਿੱਕੀ ਨਿੱਕੀ ਗੱਲ ਤੋਂ ਰੋਣ ਲੱਗ ਪਿਆ, ਰੋਵੀ ਨਾ, ਚਾਰ ਫੁੱਲ ਤੇਰੇ ਚਿਹਰੇ 'ਤੇ ਵੀ ਖਿੜਨੇ ਚਾਹੀਦੇ, ਨਾਦ ਬਨੋਦ ਕੋਡ ਆਨੰਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਗਿਆਨ ਅੰਦਰ ਬਾਲ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਆਪ ਮੁਕਤ ਮੋਹ ਤਾਰੇ, ਆਪ ਮੁਕਤ ਮੋਹ ਤਾਰੇ, ਆਪ ਦਿਨ ਭਜਨ ਕੀਤਾ ਉਹਦੇ ਨਾਲ ਗੁਰੂ ਕੇ ਸਿੱਖਾਂ ਨੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਵਿਹੜੇ, ਜਾਤ ਸਪਾਵੇ ਤਾਂ ਹੁਕਮ ਮਨਾਵੇਂ ਅਤੇ ਇਸ ਵਿਹੜੇ ਕੋ ਪਾਰ ਲੰਘਾ। ਵਿਹੜੇ 'ਚ ਖਲੋਗੇ ਜੀ, ਧਿਆਨ ਦਿਓ, ਵਿਹੜੇ 'ਚ ਖਲੋ ਗਿਆ ਮਲਾਹ ਬਣ ਕੇ, ਕੌਣ ਡਰ ਕੇ ਕਿਉਂ ਕਹਿੰਦੇ ਹੋ? ਇੱਥੋਂ ਪਤਾ ਲੱਗਾ ਵੀ ਤੁਸੀਂ ਕੁਛ ਕਨਫਿਊਜ਼ ਹੈ ਅਤੇ ਕੁਛ ਤੁਹਾਨੂੰ ਭਰੋਸਾ ਵੀ ਮੈਂ ਗੱਲ ਕੀ ਕਰਨੀ ਚਾਹੁੰਦਾ। ਭਰੋਸਾ ਬਣਾਓ, ਬੇੜੇ ਦੇ ਵਿੱਚ ਮਲਾਹ ਬਣ ਕੇ, ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਕਹਿੰਦੇ ਨਾ ਸਾਨੂੰ ਇਸ ਬੇੜੇ ਕੋ, ਉਹਨਾਂ ਨੂੰ ਵੀ ਵਿੱਚ ਬਾਲ ਲਿਆ, ਪਾਰ ਚਲੇ ਗਏ। ਮਲਾਹ ਹੋਵੇ ਗੁਰੂ ਗੋਬਿੰਦ ਸਿੰਘ ਅਤੇ ਬੇੜੇ ਨੂੰ ਪਰਵਾਹ ਕਾਹਦੀ, ਬੇੜੇ ਨੂੰ ਕੱਪੜ ਕਿਹਾ ਕਰੇ ਜਾਂ ਪਾਤਣ ਰਹੇ, ਸੁਚੇਤ ਸੁਚੇਤ ਮਲਾਹ ਮਿਲਿਆ ਹੋਵੇ, ਕਿੰਨੇ ਤੂਫਾਨ ਆਏ ਹੋਣ, ਤੂਫਾਨਾਂ 'ਚੋਂ ਦੀ ਕੱਢ ਕੇ ਵਿਹੜੇ ਨੂੰ ਲੈ ਜਾਂਦਾ। ਤੂੰ ਵੀ ਆਪਣਾ ਮਲਾਹ, ਤੁਸੀਂ ਵੀ ਆਪਣਾ ਮਲਾਹ ਗੁਰੂ ਗੋਬਿੰਦ ਸਿੰਘ ਨੂੰ ਬਣਾਇਓ, ਕਿੰਨਿਆਂ ਤੂਫਾਨਾਂ ਦੇ ਵਿੱਚੋਂ ਦੀ ਵਿਹੜਾ ਕੱਢ ਕੇ ਬੰਨੇ ਲੈ ਜੂ। ਵਿੱਚ ਖਲੋ ਗਿਆ ਆਪ, ਵਿੱਚ ਖਲੋ ਗਿਆ। ਸਾਰੇ ਜਿਹੜੇ ਕਹਿੰਦੇ ਸੀ ਨਾ ਇਸ ਵਿਹੜੇ ਕੋ ਪਾਰ ਜਾ ਕੇ, ਪਤਾ ਕੀ ਕਹਿੰਦਾ? ਉੱਤਰ ਜੋ ਵੀ, ਜਿਹੜੇ ਪਾਰ ਜਾਣਾ ਚਾਹੁੰਦੇ ਸੀ ਕੀ ਕਿਹਾ? ਉੱਤਰ ਗਏ। ਤੇ ਉਹਨੇ ਕਿਹਾ ਤੁਸੀਂ ਨਹੀਂ ਉੱਤਰਦੇ, ਜਿਹੜੇ ਯਾਤਰੂ ਸੀ ਨਾ ਬੈਠੇ ਉਹਨਾਂ ਕਿਹਾ ਵੀ ਤੁਸੀਂ ਨਹੀਂ ਉੱਤਰਦੇ। ਕਹਿੰਦਾ ਮੈਨੂੰ ਉੱਤਰਨ ਦੀ ਕੋਈ ਜ਼ਰੂਰਤ ਨਹੀਂ, ਮੈਂ ਤਾਂ ਵਿਹੜੇ 'ਚ ਹੀ ਰਹਿੰਦਾ, ਮੈਂ ਤਾਂ ਪਕੜ ਲਓਗੇ ਨਹੀਂ ਅਜੇ ਨਹੀਂ, ਮੈਂ ਤਾਂ ਵਿਹੜੇ 'ਚ ਹੀ ਰਹਿੰਦਾ। ਉਹ ਕਹਿੰਦੇ ਤੁਸੀਂ ਕਿੱਧਰ ਚੱਲੇ ਹੋ? ਕਹਿੰਦੇ ਜਿਸ ਤਰ੍ਹਾਂ ਤੁਸੀਂ ਪਾਰ ਆਉਣਾ ਚਾਹੁੰਦੇ ਸੀ ਨਾ, ਇੱਧਰ ਵੀ ਬੜੇ ਬੈਠੇ ਨੇ ਜਿਹੜੇ ਉੱਧਰ ਜਾਣਾ ਚਾਹੁੰਦੇ, ਨਹੀਂ ਅਜੇ, ਅਤੇ ਮੇਰਾ ਕੰਮ ਹੈ ਇੱਧਰ ਲਿਆ ਨੂੰ ਅਤੇ ਉੱਧਰ ਲਿਆ ਨੂੰ। ਮਹਾਰਾਜ ਤੁਸੀਂ ਵੀ ਉੱਤਰੋ ਨਾ, ਤੁਸੀਂ ਉੱਧਰ ਵੀ ਨਹੀਂ ਉੱਤਰਦੇ। ਕਹਿੰਦਾ ਮੈਂ ਤਾਂ ਵਿਹੜੇ 'ਚ ਰਹਿੰਦਾ। ਉਹਨਾਂ ਉਦਣ ਗੱਲ ਸਮਝੀ, ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਕਹਿ ਕਬੀਰ ਭਜ ਸਾਰੰਗ ਪਾਣੀ, ਉਰਾਰ ਪਾਰ ਸਭ ਇੱਕ ਹੀ ਆ। ਆ ਬੱਚਿਆਂ ਨੂੰ ਫੜੋ ਜਿਹਦਾ ਆਖੋ ਵਾਹਿਗੁਰੂ।
ਰੱਜ ਕੇ ਬੋਲੋ। ਬੜੀ ਮੌਤ 'ਚ ਫਿਰ ਰਿਹਾ ਮਗਰ ਫੜ ਲਓ। ਅਤੇ ਜਦੋਂ ਉਹਨੇ ਆਖਿਆ ਵੀ ਤੁਸੀਂ ਨਹੀਂ ਉਤਰਦੇ, ਕਹਿੰਦਾ ਮੈਂ ਤਾਂ ਰਹਿੰਦਾ ਹੀ ਬੇੜੇ 'ਚ। ਇੱਕ ਹੁਣ ਨੋਟ ਕਰਿਓ ਗੁਰੂ ਕੇ ਸਿੱਖੋ, ਬੇੜਾ ਕਿਹੜਾ ਹੈ? ਸਤਸੰਗਤ ਵਿੱਚ ਸੰਗਤ ਹਰ ਪ੍ਰਭ। ਜਿੱਦਣ ਕਿਸੇ ਨੂੰ ਸੋਝੀ ਹੁੰਦੀ, ਉਹਦੀ ਆਉਣ ਅਤੇ ਜਾਣ ਦੀ ਦੌੜ ਮੁੱਕ ਜਾਂਦੀ, ਔਰ ਆਰ ਅਤੇ ਪਾਰ ਦੀਆਂ ਗੱਲਾਂ ਵੀ ਮੁੱਕ ਜਾਂਦੀਆਂ। ਆਂਦਾ ਊਹਾਂ ਤੋ ਜਾਈਏ ਪਾਰ ਤੇ ਤਾਨ ਗਾਈ ਜੇ ਇੱਥੇ ਨੂੰ ਤੇ, ਜਿੱਥੇ ਤੂੰ ਏ ਉੱਥੇ ਰੱਖ, ਨਹੀਂ ਪਤਾ ਲੱਗਾ। ਐਸਾ ਮਲਾਹ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਕੌਮ ਨੂੰ ਮਿਲਿਆ ਹੈ, ਅਤੇ ਛਾਲਾਂ ਮਾਰ ਮਾਰ ਕੇ ਬੇੜੀ 'ਚੋਂ ਸਿੱਖ ਉਤਰੀ ਜਾਂਦੇ ਨੇ, ਦਾੜੀਆਂ ਕਟਾਈ ਜਾਂਦੇ, ਡੇਰਿਆਂ ਵੱਲ ਨੂੰ ਭੱਜੀ ਜਾਂਦੇ, ਡੇਰਿਆਂ ਵੱਲ ਨੂੰ ਭੱਜੇ ਜਾਂਦੇ, ਸ਼ਰਾਬਾਂ ਪੀ ਜਾਂਦੇ। ਇਹ ਆ ਬੇੜੇ 'ਚੋਂ ਉਤਰਨਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਦੇ ਬੇੜੇ 'ਚੋਂ ਉਤਰਨਾ। ਐਸਾ ਮੇਰਾ ਸਤਿਗੁਰੂ ਅੱਜ ਮਾਛੂਵਾੜੇ ਨੂੰ ਛੱਡ ਕੇ ਤੁਹਾਡੇ ਪਿੰਡਾਂ ਵੱਲ ਨੂੰ ਤੁਰਿਆ। ਕੱਲ੍ਹ ਵਾਲੇ ਇਤਿਹਾਸ ਵਿੱਚ ਚੱਲਾਂਗੇ, ਜਿੱਥੇ ਕਿਤੇ ਸਦੀਆਂ ਤੋਂ ਕਿਸੇ ਦੀ ਆਤਮਾ ਡੀਕਦੀ ਸੀ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈ ਭੱਬੇ ਨਾਲ ਭੱਬੇ ਨਾ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੱਡੇ ਕਾਗ। ਜਿਹੜਾ ਬੜੇ ਚਿਰਾਂ ਤੋਂ ਰੋਂਦਾ ਸੀ, ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਕਾਗਾ ਚੂੰਡਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਜਿੱਤ ਪਿੰਜਰੇ ਮੇਰਾ ਸ਼ੋ ਵਸੇ, ਮਾਸ ਨਾ ਤਿੱਦੂ ਖਾਏ। ਜਿਹੜਾ ਰੋਂਦਾ ਸੀ ਨਾ, ਕੱਲ੍ਹ ਸਰਕਾਰ ਉੱਥੇ ਪਹੁੰਚੂਗੀ, ਉਹਨੂੰ ਦਰਸ਼ਨ ਦੇਊਗੀ, ਜਿਹੜਾ ਇੰਨੇ ਚਿਰ ਤੋਂ ਰੋ ਰਿਹਾ ਸੀ। ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਅੱਖਾਂ ਮਿਟੋ, ਹਾਂ ਤੁਸੀਂ ਵੀ ਕਹੋ, ਮੋਹਣ ਘਰ ਆਓ। ਉਹ ਜਿਹੜਾ ਬੇਨਤੀਆਂ ਕਰਦਾ ਉਹਦੇ ਕੋਲ ਪਹੁੰਚ ਜਾਣਾ ਹੈ ਕੱਲ ਮੇਰੀ ਸਰਕਾਰ ਨੇ, ਕਿਉਂਕਿ ਆਵਾਜ਼ਾਂ ਮਾਰਦਾ ਸੀ। ਤੁਸੀਂ ਵੀ ਕਹੋ, ਆਵੋ ਸੱਜਣਾ, ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੇ ਖੜੀ ਤੱਕਾਂ, ਮੈਂ ਮਨ ਚਾਓ ਚਾਹ ਪੈਦਾ ਕਰਕੇ। ਤੁਸੀਂ ਵੀ ਇੱਕ ਵਾਰ ਆਖੋ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈ ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ
ਐਸਾ ਮੇਰਾ ਸਤਿਗੁਰੂ ਸੋਹਣਿਆਂ ਦਾ ਸਰਤਾਜ, ਜਿਹਨੇ ਜਿਹਨੇ ਉਹਨੂੰ ਆਵਾਜ਼ ਮਾਰੀ ਮੇਰਾ ਸਤਿਗੁਰੂ ਉਹਦੇ ਹਾਜ਼ਰ ਹੋ ਗਿਆ। ਸੁਣੀ ਅਰਦਾਸ ਸਵਾਮੀ ਮੇਰੇ ਧੀਏ ਕਰਕੇ ਤਾਂ ਵੇਖ, ਮਗਰ ਸੰਸਾਰਕ ਸ਼ਬਦ ਨਾ ਵਰਤੀ, ਬਾਪ ਕਹਿ ਕੇ ਬੁਲਾਈ, ਬਾਪ ਕਹਿ ਕੇ ਬੁਲਾਈ, ਪਿਤਾ ਜੀ ਕਹਿ ਕੇ ਬੁਲਾਈ, ਆਖੋ ਵਾਹਿਗੁਰੂ। ਆ ਸਾਰੇ ਜਿੰਨੇ ਕੋਈ ਇੱਕ ਦਾ ਬਾਪ ਹੋਊ, ਕੋਈ ਦੋਵਾਂ ਦਾ ਬਾਪ ਹੋਊ, ਕੋਈ ਸੱਤਾਂ ਪੁੱਤਾਂ ਦਾ ਬਾਪ ਹੋਊ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਹਿੰਦੂ ਦਾ, ਈਸਾਈ ਦਾ, ਮੁਸਲਮਾਨ ਦਾ। ਜਦੋਂ ਉੱਥੇ ਜੀਵਨ ਸੋਹਣੇ ਆਖਿਆ ਨਾ, ਸਾਡਾ ਮਹਾਰਾਜ ਜੁਝਾਰ ਸਿੰਘ ਨੂੰ ਰਹਿਣ ਦਿਓ, ਇਹ ਪੋਤਿਆ ਤੁਹਾਡਾ, ਅਤੇ ਸਰਕਾਰ ਨੇ ਆਖਿਆ ਸੀ ਜਿਹੜੇ ਤੁਸੀਂ ਗੜੀ ਦੇ ਅੰਦਰ ਬੈਠੇ ਹੋ ਇਹ ਵੀ ਮੇਰੇ ਪੋਤੋ, ਔਰ ਜਿਹੜੇ ਬਰਛੇ ਫੜ ਕੇ ਗੜੀ ਤੋਂ ਬਾਹਰ ਐ ਨੂੰ ਤਬਾਰ ਕਰ ਰਹੇ ਨੇ ਉਹ ਵੀ ਮੇਰੇ ਪੁੱਤ ਨੇ, ਕਿਉਂਕਿ ਔਲਾਦ ਤਾਂ ਮੇਰੀ ਹੈ ਸਾਰੀ। ਨਹੀਂ ਪਤਾ ਲੱਗਾ ਰੂਹ ਹਰ ਦਰ ਜਿਸਮ, ਸਾਰਿਆਂ ਦੇ ਵਿੱਚ ਬੈਠਾ ਤਾਂ ਮੈਂ ਹੀ ਹਾਂ, ਸਭ ਗੋਬਿੰਦ ਹੈ, ਸਭ ਗੋਬਿੰਦ। ਗੱਲ ਤਾਂ ਗੁਰੂ ਕੇ ਸਿੱਖੋ, ਅਸੀਂ ਮਿਹਨਤ ਨਹੀਂ ਕੀਤੀ, ਅਸੀਂ ਅੰਮ੍ਰਿਤ ਵੇਲੇ ਉੱਠੇ ਨਹੀਂ, ਇਸ਼ਨਾਨ ਕੀਤੇ ਨਹੀਂ, ਚੌਂਕੜੇ ਮਾਰੇ ਨਹੀਂ, ਸਾਡੇ ਤਾਕ ਗੁਰਮਿਲ ਤਾਂ ਕਿ ਖੁੱਲ੍ਹੇ ਕਬਾੜ ਨਹੀਂ ਖੁੱਲ੍ਹੇ, ਵੀ ਆਖਰ ਰੋਲ ਕੀ ਸੀ, ਰੋਲ ਕੀ ਸੀ। ਅਜੀਤ ਸਿੰਘ ਨੂੰ ਸਮਝਾਇਆ ਸੀ ਉਹਨੇ, ਅਜੀਤ ਸਿੰਘਾ ਉਹ ਜਿਹੜੇ 10 ਲੱਖ ਵਿੱਚ ਵੰਡ ਲੱਗਾ ਹੈ ਨਾ, ਆਖੋ ਵਾਹਿਗੁਰੂ, ਇੱਥੇ ਕੋਈ ਦੁਸ਼ਮਣ ਨਹੀਂ ਅਤੇ ਕੋਈ ਸੱਜਣ ਨਹੀਂ, ਨਾ ਕੋ ਵੈਰੀ, ਮਗਰ ਇੱਕ ਪਿਕਚਰ ਹੈ ਪਰਦੇ ਦੇ ਉੱਤੇ ਚੱਲ ਰਹੀ। ਉਹਨਾਂ ਨੂੰ ਰੋਲ ਦਿੱਤਾ ਹੀ ਖਲਨਾਇਕ ਦਾ, ਨਹੀਂ ਪਤਾ ਲੱਗਾ, ਤੈਨੂੰ ਰੋਲ ਦਿੱਤਾ ਹੀ ਹੀਰੋ ਦਾ, ਤੂੰ ਹੀਰੋ ਹੈ, ਨਾਇਕ ਹੈ, ਉਹ ਖਲਨਾਇਕ ਨੇ। ਪਿਕਚਰ ਵਿੱਚ ਸਾਰਾ ਰੋਲ ਹੋਣਾ ਹੈ, ਤਲਵਾਰ ਵੱਜਣੀ ਆ, ਖੂਨ ਤੇਰੇ ਸਰੀਰ 'ਚੋਂ ਡੁੱਲਦਾ ਦਿਸਣਾ ਹੈ, ਆਖੋ ਵਾਹਿਗੁਰੂ। ਮਗਰ ਉਹ ਪਰਦੇ 'ਤੇ ਪਕੜਿਆ ਨੇ ਕੀ, ਤੁਸੀਂ ਦੱਸੋ, ਆਪਾਂ ਕੋਈ ਮੂਵੀ ਦੇਖਦੇ ਹਾਂ, ਉਹਦੇ 'ਚ ਕਿਸੇ ਨੂੰ ਗੋਲੀ ਵੱਜਦੀ, ਉਹਦਾ ਖੂਨ ਵੀ ਨਿਕਲਦਾ, ਆਪਾਂ ਵੇਨੇ ਨਿਕਲ ਰਿਹਾ ਹੁੰਦਾ, ਤੁਸੀਂ ਕਿਉਂ ਆਖਿਆ ਨਿਕਲਦਾ, ਦਿਸਦਾ ਹੈ, ਨਿਕਲ ਨਹੀਂ ਰਿਹਾ ਹੁੰਦਾ, ਸਭ ਪਰਦੇ ਦਾ ਖੇਲ ਆ। ਇਹ ਚਮਕੌਰ ਦੀ ਗੜੀ ਦੀ ਜੰਗ ਵੀ ਗੁਰੂ ਗੋਬਿੰਦ ਸਿੰਘ ਆਪਣੇ ਪੁੱਤ ਨੂੰ ਸਮਝਾਉਂਦੇ, ਪੁੱਤਰਾ ਨਾ ਕਿਛ ਜਨਮੇ ਨਾ ਕਿਛ ਮਰੇ, ਆਪਣ ਚਲਤ ਆਪ ਹੀ ਕਰੇ। ਇਹ ਤਾਂ ਪੁੱਤ ਆਵਣ ਜਾਣ ਇੱਕ ਖੇਲ ਬਣਾਇਆ ਹੈ, ਇਹ ਤਾਂ ਇੱਕ ਗੇਮ ਆ, ਇਹ ਤਾਂ ਇੱਕ ਪਿਕਚਰ ਆ, ਅਤੇ ਘਬਰਾਈ ਨਾ, ਮੈਂ ਤੈਨੂੰ ਪਹਿਲੋਂ ਕਹਿ ਕੇ ਭੇਜਣ ਲੱਗਾ ਵੀ ਤੈਨੂੰ ਨਾਇਕ ਬਣਾਇਆ ਹੈ। ਔਰੰਗਜ਼ੇਬ ਨੂੰ ਜਦੋਂ ਮੇਰੇ ਸਾਹਿਬ ਨੇ ਜ਼ਫਰਨਾਮਾ ਲਿਖਿਆ, ਉੱਥੇ ਵੀ ਲਿਖਿਆ ਸੀ 2 ਰੋਲ ਸੀ, ਤੈਨੂੰ ਖਲਨਾਇਕ ਦਾ ਮਿਲਿਆ, ਮੈਨੂੰ ਨਾਇਕ ਦਾ ਮਿਲਿਆ, ਤੂੰ ਵੀ ਖੂਬ ਨਿਭਾਇਆ, ਮੈਂ ਵੀ ਖੂਬ ਨਿਭਾਇਆ, ਅਤੇ ਤਾੜੀਆਂ ਤਾਂ ਮੇਰੀਆਂ ਵੱਜੀਆਂ, ਤੂੰ ਮੇਰੇ ਪੁੱਤ ਸ਼ਹੀਦ ਕਰਕੇ ਵੀ ਤਾੜੀਆਂ ਨਹੀਂ ਮਾਰ ਸਕਿਆ, ਤੇਰੀ ਆਤਮਾ ਰੋਂਦੀ ਗਈ, ਮੇਰੀ ਆਤਮਾ ਗਾਉਂਦੀ ਗਈ, ਗੀਤ ਗਾਉਂਦੀ ਗਈ ਮੇਰੀ ਆਤਮਾ, ਮੈਂ ਆਨੰਦਿਤ ਹੋ ਕੇ ਗਿਆ, ਮੈਂ ਨਾਇਕ ਦਾ ਰੋਲ ਕਰਕੇ ਆਨੰਦਿਤ ਹੋ ਕੇ ਗਿਆ, ਤੂੰ ਸਭ ਕੁਝ ਖਲਨਾਇਕ ਦਾ ਰੋਲ ਕਰਕੇ ਰੋਂਦਾ ਇਸ ਧਰਤੀ ਤੋਂ ਚੱਲਿਆ ਗਿਆ। ਇਸ ਤਰ੍ਹਾਂ ਹੀ ਗੁਰੂ ਕੇ ਸਿੱਖੋ, 2 ਰੋਲ ਨੇ, ਆਖੋ ਵਾਹਿਗੁਰੂ, ਨਾਇਕ ਦਾ ਅਤੇ ਖਲਨਾਇਕ ਦਾ। ਤੁਹਾਡਾ ਬਾਪ ਕੀ ਹੈ? ਨਾਇਕ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਉਹਦਾ ਟਿਕਾਓ ਵੇਖੋ। ਇੱਕ ਮਿੰਟ ਹੋਰ ਲੈਣਾ, ਉਹਦੇ ਅੰਦਰ ਦਾ
ਕਿਹਦਾ? ਗੁਰੂ ਗੋਬਿੰਦ ਸਿੰਘ ਸਾਹਿਬ ਦਾ ਟਿਕਾ ਵੇਖੋ। ਪੁੱਤਰਾ ਜੰਗ ਨੂੰ ਚੱਲਿਆ, ਆਹ ਵਰਸ਼ਾ ਮੈਂ ਤੈਨੂੰ ਆਪਣੀ ਵੱਲੋਂ ਦੇਣ ਲੱਗਾ, ਤੀਰ ਤੈਨੂੰ ਆਪਣੇ ਪੱਤੇ 'ਚੋਂ ਕੱਢ ਕੇ ਦੇਣ ਲੱਗਾ। ਆਖੋ ਇਹ ਗੁਰੂ, ਮਗਰ ਇੱਕ ਗੱਲ ਨੋਟ ਰੱਖੀ, ਇਹ ਆ ਟਕਾ। ਜੇ ਕੋਈ ਤੇਰੇ ਪੈਰਾਂ 'ਚ ਡਿੱਗ ਪਏ ਤਾਂ ਉੱਤੇ ਵਾਰ ਨਹੀਂ ਕਰਨਾ। ਹਾਏ 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 ਹਾਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਤੂੰ ਹੀ ਕਹਿ ਸਕਦਾ, ਦੂਸਰਾ ਨਹੀਂ ਕੋਈ ਕਹਿ ਸਕਦਾ। ਨਹੀਂ ਤਾਂ ਕਹਿੰਦਾ ਦਾਲ ਲੱਗੇ, ਜਿਹੜਾ ਦਾਲ ਲੱਗੇ ਵੱਢੀ ਜਾਈ। ਨਾ 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 ਨਾ, ਪੁੱਤ ਜੰਗ ਕਰਦਾ ਵੀ ਸਹਿਜ ਨਾ ਛੱਡੀ, ਨਹੀਂ ਪਤਾ ਲੱਗਾ, ਆਪਣੇ ਸਹਿਜ ਨੂੰ ਨਾ ਤਿਆਗੀ, ਸਹਿਜ ਵਿੱਚ ਰਹੀ। ਅਤੇ ਜੇ ਕੋਈ ਤੇਰੇ ਅੱਗੇ ਲੱਗ ਕੇ ਭੱਜ ਪਵੇ, ਉਹਦੇ ਪਿੱਛੇ ਭੱਜ ਕੇ ਵਾਰ ਨਹੀਂ ਕਰਨਾ। ਭੱਜੇ ਅਤੇ ਪੈਰਾਂ 'ਤੇ ਡਿੱਗੇ ਤਾਂ ਕਦੀ ਵਾਰ ਨਹੀਂ ਕਰਨਾ ਪੁੱਤਰਾ, ਅਤੇ ਵਾਰ ਕਰਨ ਲੱਗਾ ਵੀ ਆਪਣੇ ਅੰਦਰ ਦੇ ਸਹਿਜ ਨੂੰ, ਆਪਣੇ ਅੰਦਰ ਦੇ ਟਕਾ ਨੂੰ ਤੂੰ ਗਵਾਵੀ ਨਾ। ਇਸ ਤਰ੍ਹਾਂ ਦਾ ਬਾਪ ਆ ਤੁਹਾਡਾ ਅਤੇ ਮੇਰਾ, ਫਖਰ ਕਰੋ, ਉਹਦਾ ਨਾਮ ਆ ਗੁਰੂ ਗੋਬਿੰਦ ਸਿੰਘ ਸਾਹਿਬ। ਬੋਲੋ, ਉੱਠਦਿਆਂ ਬਹਿੰਦਿਆਂ ਸੌਂਦਿਆਂ ਕਿਆ ਕਰੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ। ਸਾਰਾ ਦਿਨ ਹੀ ਗੋਬਿੰਦ 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 ਮਈ, ਗੋਬਿੰਦ 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 ਧਿਆਈਏ ਤਾਂ ਦਰਗੇ ਪਾਈਏ ਮਾਣ, ਦਰਗਾਹ 'ਚ ਮਾਣ ਪ੍ਰਾਪਤ ਹੁੰਦਾ ਹੈ ਜਿਹਦੀ ਰਸਨਾ 'ਤੇ ਗੋਬਿੰਦ 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 ਦੇ ਗੀਤ ਰਹਿੰਦੇ। ਸਤਿਗੁਰੂ ਅੱਜ ਦੇ ਸ਼ਬਦ ਵਿੱਚ ਗਰੀਬ ਨਿਵਾਜ ਦਇਆ ਕਰਦੇ ਨੇ। ਇੱਕ ਸ਼ਬਦ ਆਇਆ ਸਾਧੂ, ਅੱਜ ਜਿਹੜਾ ਸ਼ਬਦ ਹੈ ਨਾ ਸਾਧੂ, ਅਤੇ ਅਸੀਂ ਸਾਧੂ ਮੰਨ ਲਿਆ ਜਿਹੜੇ ਇੱਥੇ ਬੈਠੇ, ਉਹਨਾਂ ਨੂੰ ਪਕੜਦਾ ਮੈਂ ਕੀ ਕਿਹਾ ਭਲਾ? ਆ ਭੈਣ ਚਸ਼ਮੇ ਵਾਲੀ ਪਿੱਛੇ ਸਾਧੂ ਕਿਹਨਾਂ ਨੂੰ ਮੰਨ ਲਿਆ? ਹਾਂ, ਡੇਰਿਆਂ ਵਾਲੇ ਸੱਚਮੁੱਚ ਹੀ ਇਹਨਾਂ ਨੂੰ ਮੰਨ ਲਿਆ, ਅਤੇ ਖੂਬ ਪ੍ਰਮੋਟ ਕੀਤਾ ਉਹਨਾਂ ਨੂੰ, ਅਸੀਂ ਕੀਤਾ। ਅਸੀਂ ਨਾ ਜਾਂਦੇ, ਇਹਨਾਂ ਨੂੰ ਕੌਣ ਪੁੱਛਦਾ ਕੀ ਕਲਾ ਹੈ? ਆਖੋ ਵਾਹਿਗੁਰੂ। ਅੱਜ ਦੇ ਸ਼ਬਦ ਵਿੱਚ ਸਾਹਿਬ ਕਹਿੰਦੇ ਸਾਧੂ ਕੀ ਮਨ ਓਟ ਗਹੋ, ਨਹੀਂ ਅੰਦਰ ਜਾ ਕੇ ਆਖੋ ਸਾਧੂ ਕੀ ਮਨ। ਕਿਹਨੂੰ ਕਹਿ ਰਹੇ ਹੋ? ਆਪਣੇ ਮਨ ਨੂੰ, ਵੀ ਤੂੰ ਸ਼ਰਨ ਕਿਹਦੀ 'ਚ ਜਾਈ? ਸਾਧੂ ਦੀ 'ਚ। ਅਤੇ ਇੱਥੇ ਅੱਖਰ ਦਾ ਅਰਥ ਕੀਤਾ ਗੁਰੂ, ਨਹੀਂ ਪਤਾ ਲੱਗਾ 38 ਵਾਲੇ ਲੱਗਾ ਨਹੀਂ? ਓਹੋ ਕਿੱਧਰ ਚਲੇ ਗਏ? ਮੇਰਿਆ ਮਨਾ ਸਾਧੂ ਦੀ ਓਟ ਵਿੱਚ ਜਾ, ਅਤੇ ਸਾਧੂ ਦਾ ਅਰਥ ਕੀਤਾ ਗੁਰੂ। ਮੇਰਿਆ ਮਨਾ ਕਿਹਦੇ ਸ਼ਰਨ ਵਿੱਚ ਜਾ? ਗੁਰੂ ਦੀ। ਸਾਧੂ ਕੀ ਮਨ ਓਟ ਗਹੋ, ਅਤੇ ਉੱਥੇ ਜਾ ਕੇ ਦਲੀਲਾਂ ਨਾ ਦੇਈਂ, ਉਹਦੀ ਸੁਣੀ, ਨਹੀਂ ਪਤਾ ਲੱਗਾ ਉਹਦੀ, ਆਪਣੀਆਂ ਦਲੀਲਾਂ ਨਾ ਦੇਈਂ। ਉਕਤ, ਉਕਤ ਮਨ ਦਲੀਲ, ਸਿਆਣਪ ਤਿਆਗ, ਸਿਆਣਪ ਛੱਡ ਕੇ, ਦਲੀਲਾਂ ਛੱਡ ਕੇ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਨ। ਉੱਥੇ ਜਾ ਕੇ ਕਹੀਂ ਮੇਰੇ ਮਾਲਕ ਜੋ ਤੁਸੀਂ ਕਰੋਗੇ ਮੈਨੂੰ ਪ੍ਰਵਾਨ ਆ। ਉੱਥੇ ਦਲੀਲਾਂ ਨਾ ਦੇਈਂ ਵੀ ਧੁੱਪੇ ਨਾ ਖਿਲਾਰ, ਆਖੋ ਵਾਹਿਗੁਰੂ। ਉੱਥੇ ਦਲੀਲਾਂ ਨਾ ਦੇਈਂ ਵੀ ਮੈਨੂੰ ਕੋਠੀ 'ਚ ਰੱਖ, ਜਿੱਥੇ ਰੱਖੇ ਬੋਲੋ ਰੱਖੇ, ਸਾਈ ਭਲੀ ਜਾਏ, ਸਾਹ ਭਲੀ ਜਾਏ, ਜਾਏ ਮਣੇ ਜਗ੍ਹਾ। ਉੱਥੇ ਦਲੀਲਾਂ ਛੱਡ ਦੇਈਂ, ਅਤੇ ਆਖੀਂ ਜੇ ਝੁੱਗੀ 'ਚ ਰੱਖੇਗਾ ਤਾਂ ਵੀ ਤੇਰੀ ਦਾਤ ਆ, ਜੇ ਮਹਿਲਾਂ 'ਚ ਰੱਖੇਗਾ। ਮਗਰ ਇਹ ਤੁਸੀਂ ਤਾਂ ਮੈਂ ਗੱਲਾਂ ਕਰਨੀਆਂ ਸੌਖੀਆਂ ਨੇ, ਨਹੀਂ ਪਤਾ ਲੱਗਾ, ਗੱਲਾਂ ਹੀ ਕਰਨੀਆਂ ਸੌਖੀਆਂ। ਅੱਜ ਕਿਤੇ ਤੁਹਾਡੀ 8 ਸੈਕਟਰ ਵਾਲੀ ਕੋਠੀ ਦੀ ਚਾਬੀ ਫੜ ਲਿਆ ਗੁਰੂ ਗੋਬਿੰਦ ਸਿੰਘ, ਅਤੇ ਕਹਿੰਦੇ ਚੱਲ ਝੁੱਗੀ 'ਚ ਬਹਿ, ਅਤੇ ਸੱਜਣਾ ਭੱਜ ਜਾਏਗਾ ਕਿਸੇ ਡੇਰੇ 'ਤੇ, ਮਹਾਰਾਜ ਬਚਾਓ, ਮਹਾਰਾਜ ਬਚਾਓ। ਉਹਨੇ ਤਾਂ ਮੇਰੇ ਨਾਲ ਬੜੀ ਮਾੜੀ ਕੀਤੀ,
ਰੱਬ ਦੀ ਨਿੰਦਾ ਦਾ ਕੀ ਕਾਰਨ ਹੈ? ਇੱਥੇ ਕਰਕੇ ਆਉਂਦਾ, ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਇਹ ਇਸ਼ਕ ਸਾਡਾ ਥੋੜ੍ਹਾ ਹੈ, ਅਸੀਂ ਥੋੜ੍ਹੇ ਨੇ ਵੱਡੇ ਆਸ਼ਕ ਹੋ ਗਏ ਹਾਂ ਵੀ ਸੁੱਖ ਦੇ ਤਾਂ ਤੈਨੂੰ ਰਾਧੂ, ਦੁੱਖ ਦੇ ਤਾਂ ਜੇ ਭੁੱਖ ਦੇ ਤਾਂ ਇੱਥੇ ਹੀ ਰਾ, ਅਸੀਂ ਥੋੜ੍ਹੇ ਹਾਂ, ਅਸੀਂ ਤਾਂ ਲੰਗਰ ਦੇ ਵਿੱਚ ਲੂਣ ਮਿਰਚ ਘੱਟ ਹੋਵੇ ਕੜੀ ਦੇ ਵਿੱਚ ਅਤੇ ਰੌਲਾ ਪਾਉਂਦੇ ਬਾਹਰ ਜਾ ਕੇ, ਪਾਉਂਦੇ ਕਿ ਨਹੀਂ ਬੋਲੋ? ਹੱਥ ਟੁੱਟ ਗਏ ਉਹਨਾਂ ਦੇ, ਲੂਣ ਵੀ ਨਹੀਂ ਪਾ ਸਕੇ, ਚਿਮਚਾ ਘਿਓ ਨਹੀਂ ਪਾ ਸਕੇ, ਅਗਰ ਲੰਗਰ ਵੀ ਬਣਾਇਆ ਸਵਾਦ ਨਹੀਂ ਬਣਿਆ। ਸੱਜਣਾ, ਇਹ ਇਸ਼ਕ ਜਿਨ੍ਹਾਂ ਦੇ ਸਿਰ 'ਤੇ ਚੜ੍ਹ ਕੇ ਨੱਚਦਾ ਹੈ ਨਾ, ਉਹੀ ਇਹ ਗੁਲ ਕਹਿੰਦੇ ਨੇ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਐਵੇਂ ਥੋੜ੍ਹਾ ਦੁੱਖ ਵਿੱਚ। ਇਹ ਤਾਂ ਉਹਨਾਂ ਦਾ ਇਸ਼ਕ ਆ ਜਿਨ੍ਹਾਂ ਦੇ ਇਸ਼ਕ ਸਿਰ ਨੂੰ ਚੜ੍ਹਿਆ। ਕੀ ਹੁੰਦਾ? ਆਖ ਦਿੰਦੇ ਪੈਸਾ ਇਹਦੇ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਰੱਬ ਦਾ ਪ੍ਰੇਮ ਵੀ ਸਿਰ ਨੂੰ ਚੜ੍ਹ ਜਾਂਦਾ, ਕਹਿੰਦੇ ਲਾਹਦੇ ਖੋਪਰੀ, ਇਹਨੂੰ ਕਹਿੰਦੇ ਨੇ ਸਿਰ 'ਤੇ ਚੜ੍ਹਿਆ ਇਸ਼ਕ, ਫੇਰਦੇ ਆਰਾ, ਇਹਨੂੰ ਕਹਿੰਦੇ ਸਿਰ 'ਤੇ ਚੜ੍ਹਿਆ ਇਸ਼ਕ। ਅਸੀਂ ਗੱਲਾਂ ਵਾਲੇ ਹਾਂ, ਇੱਕ ਫਿਰੇ ਕਨੇਰੇ, ਅਸੀਂ ਆ ਉਹ ਹਾਂ ਅਤੇ ਗੱਲੀ ਤਾਂ ਹੀ ਪਾ ਨਹੀਂ ਸਕੇ। ਹਕੀਕੀ ਇਸ਼ਕ, ਹਕੀਕੀ ਸੱਚ ਦਾ ਇਸ਼ਕ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਨੂੰ ਮੇਰਾ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਦਿੰਦੇ, ਕਹਿੰਦੇ ਮੇਰਿਆ ਮਨਾ ਗੁਰੂ ਦੀ ਸ਼ਰਨ ਵਿੱਚ ਚੱਲਿਆ ਜਾ, ਉੱਥੇ ਜਾ ਕੇ ਗੁਰੂ ਨੂੰ ਦਲੀਲਾਂ ਨਾ ਦਈਂ, ਇਸ ਤਰ੍ਹਾਂ ਨਾ ਕਰ, ਇਸ ਤਰ੍ਹਾਂ ਨਾ ਕਰ। ਆਖੀ ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਬੋਲੋ ਬੋਲਾ। ਮੈਂ ਤੇ ਦੁੱਖ ਅਤੇ ਸੁੱਖ ਦੋ ਸ਼ਬਦਾਂ, ਜਿਹੜੇ ਦੋ ਸ਼ਬਦ ਨੇ ਮੈਂ ਉਹਨਾਂ ਨਾਲ ਜੁੜਦਾ ਹੀ ਨਹੀਂ, ਨਹੀਂ ਪਤਾ ਲੱਗਦਾ ਕੀ ਬੋਲਾ, ਕਿੰਨੇ ਨੇ? ਦੋ। ਅਤੇ ਜਿਹੜੇ ਦੋ ਨੇ ਉਹ ਮੂਵ ਹੋਣਗੇ, ਨਹੀਂ ਪਤਾ ਲੱਗਦਾ ਦੋ ਨੇ। ਬੰਦਾ ਜਿਹੜਾ ਹੈ ਜਦੋਂ ਤੁਰਿਆ ਜਾਂਦਾ ਉਹਦਾ ਪਰਛਾਵਾਂ ਹੈ, ਦੋ ਬਣ ਗਏ, ਅਤੇ ਜਿਹੜਾ ਪਰਛਾਵਾਂ ਉਹ ਮੂਵ ਹੁੰਦਾ ਰਹਿੰਦਾ, ਘੱਟਦਾ ਰਹਿੰਦਾ, ਪਤਾ ਲੱਗੋ ਬੋਲੋ। ਜਿਉਂ ਜਿਉਂ ਸੂਰਜ ਸਿਰ 'ਤੇ ਆਈ ਜਾਂਦਾ ਅਤੇ ਪਰਛਾਵਾਂ ਘਟੀ ਜਾਂਦਾ, ਜਿਉਂ ਸੂਰਜ ਦੂਰ ਹੁੰਦਾ ਪਰਛਾਵਾਂ ਵੱਡਾ ਹੁੰਦਾ। ਜਿੱਥੇ ਦੋ ਆ ਉੱਥੇ ਸਭ ਕੁਝ ਮੂਵ ਹੋ, ਇੱਕ ਦਾ ਕੀ ਹੋਣਾ ਬੋਲੋ ਗੁਰੂ ਕਿਸੇ। ਜੇ ਪਰਛਾਵੇਂ ਤੋਂ ਬਿਨਾਂ ਸਰੀਰ ਹੁੰਦਾ ਤਾਂ ਕੁਛ ਮੂਵ ਹੋਣਾ ਸੀ ਸੂਰਜ ਨਾਲ? ਇਸ ਕਰਕੇ ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਦੁੱਖ ਅਤੇ ਸੁੱਖ ਤੇਰੀ ਆਗਿਆ ਨੇ, ਕਿਸ ਪੈ ਕੌਣ ਸੁਣਾਏ। ਅੱਜ ਸਾਹਿਬ ਕਹਿੰਦੇ ਉੱਥੇ ਉਕਤ ਅਤੇ ਸਿਆਣਪਾਂ ਦਲੀਲਾਂ ਨਾ ਕਰੀ, ਜਾ ਕੇ ਗੁਰੂ ਦੀ ਸ਼ਰਨ ਵਿੱਚ ਚਲ ਜਾ। ਗੁਰ ਦਿਖਿਆ, ਦਿਖਿਆ ਬਣੇ ਮੰਤਰ, ਗੁਰ ਦਿਖਿਆ ਜਿਹੇ ਮਨ ਵਸੈ, ਜਿਹਦੇ ਮਨ ਵਿੱਚ ਗੁਰੂ ਦਾ ਮੰਤਰ ਵੱਸਦਾ, ਉਪਦੇਸ਼ ਵੱਸਦਾ ਹੈ, ਨਾਨਕ ਮਸਤਕ ਭਾਗ, ਬੋਲੋ ਨਾਨਕ। ਉਹਨਾਂ ਦੇ ਮਸਤਕ ਦੇ ਚੰਗੇ ਭਾਗ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਮੰਤਰ ਵੱਸਦਾ ਹੈ। ਲੈ ਤਾਂ ਸਾਰੇ ਲੈਂਦੇ, ਤੁਸਾਂ ਵੀ ਲਿਆ, ਮੈਂ ਵੀ ਲਿਆ, ਕਿਰਪਾਨ ਮੈਂ ਵੀ ਪਾਈ, ਕੜਾ ਤੁਸੀਂ ਵੀ ਪਾਇਆ, ਪਾਇਆ ਕਿ ਨਹੀਂ ਬੋਲੋ? ਅਤੇ ਮੰਤਰ ਵੀ ਲਿਆ ਪੰਜਾਂ ਪਿਆਰਿਆਂ ਕੋਲੋਂ, ਕਿੱਥੇ ਜੇ ਜੇਬ 'ਚੋਂ, ਕਿੱਥੇ ਜੇ ਸੁੱਟ ਬੈਠੇ? ਜਿੱਦਣ ਦੀ ਕੁਰਹਿਤ ਹੋ ਗਈ ਜੇਬ ਕੱਟੀ ਗਈ, ਆਖੋ ਵਾਹਿਗੁਰੂ। ਹੁਣ ਤਾਂ ਤੁਸੀਂ ਉਸ ਤਰ੍ਹਾਂ ਫਿਰ ਰਹੇ ਹੋ ਜਿਸ ਤਰ੍ਹਾਂ ਕਿਸੇ ਦੇ ਪੈਰ ਵੀ ਪਾਟ ਗਏ ਹੁਣ ਤਾਂ ਉਹ ਚੰਗਾ ਭਲਾ ਤੁਰਿਆ ਫਿਰੇ। ਜਿਸ ਬੰਦੇ ਕੋਲੋਂ ਕਰਹਿਤ ਹੋਈ ਆ, ਸਮਝ ਲਓ ਇਸ ਤਰ੍ਹਾਂ ਤੁਰਦਾ ਫਿਰਦਾ ਪਾਗਲਾ ਵਾਂਗੂ, ਪੈਰ ਪਾਟੇ ਪਏ ਨੇ, ਲਹੂ ਨਿਕਲਦਾ ਦਿਸ ਨਹੀਂ ਰਿਹਾ, ਇਸ ਤਰ੍ਹਾਂ ਸਾਡੀ ਜ਼ਿੰਦਗੀ ਲੀਰੋ ਲੀਰ ਹੋਈ ਆ। ਗੁਰੂ ਦੇ ਅੰਮ੍ਰਿਤ ਦੀ ਕੁਰਹਿਤ ਕਰਕੇ ਚੋਟਾਂ ਸਹੀ ਜਾਂਦੇ ਹਾਂ, ਚੋਟਾਂ ਸਹੀ ਜਾਂਦੇ, ਕਿਤੇ ਧੀ ਬੋਲ ਪੈਂਦੀ, ਕਿਤੇ ਪੁੱਤ ਬੋਲ ਪੈਂਦਾ ਹੈ, ਕਿਤੇ ਬਿਮਾਰੀ ਆ ਗਈ, ਕਿਤੇ ਝਗੜੇ ਆ ਗਏ, ਇਸ ਤਰ੍ਹਾਂ ਹੋ ਰਿਹਾ ਕਿ ਬੋਲੋ ਘਰਾਂ ਘਰਾਂ ਦੇ ਵਿੱਚ।
ਉੱਚੇ ਚੜ੍ਹ ਕੇ ਦੇਖਿਆ ਅਤੇ ਘਰ ਘਰ ਇਹੋ ਅੱਗ ਬਲ ਰਹੀ ਆ। ਮਗਰ ਸੱਜਣੋ, ਜਿਹੜਾ ਕੁਰੈਤ ਕਰੂਗਾ ਉਹਨੂੰ ਦੁੱਖ ਤੋਂ ਬਿਨਾਂ ਸੁੱਖ ਨਹੀਂ ਕਦੀ ਹੋ ਸਕਦਾ। ਕੁਰੈਤ ਇੱਕ ਐਸਾ ਹੈ ਜੇ ਕੋਈ ਟਾਇਰ ਦੇ ਵਿੱਚ ਇੱਕ ਐਡਾ ਵੱਡਾ ਬਹੁਤ ਵੱਡਾ ਖੋਲ ਹੋ ਗਿਆ ਅਤੇ ਵਿੱਚੋਂ ਸਾਰੀ ਹਵਾ ਨਿਕਲ ਗਈ ਅਤੇ ਗੱਡੀ ਖਲੋਤੀ ਆ, ਇਹ ਐਵੇਂ ਆਖੀ ਜਾਂਦਾ ਚੱਲ ਰਹੀ ਚੱਲ ਰਹੀ ਚੱਲ ਰਹੀ। ਕੁਰੈਤ ਨਹੀਂ ਕਰਨੀ, ਮਰ ਜਾਣਾ ਹੈ ਮਗਰ ਕੁਰੈਤ ਨਹੀਂ ਕਰਨੀ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਕੱਲ੍ਹ ਵੀ ਇਹ ਬੇਨਤੀ ਕੀਤੀ ਸੀ ਵੀ ਜਿਹੜੀ ਧੀ ਰਾਣੀ ਪਤੀ ਵਰਤਾ ਧਰਮ 'ਚ ਪੱਕੀ ਆ ਉਹ ਘੱਟ ਵੀ ਸਿਮਰਨ ਕਰ ਲੂਗੀ ਤਾਂ ਵੀ ਧਰਜੂ। ਜਿਹੜਾ ਬੰਦਾ ਆਪਣੀ ਔਰਤ ਦੇ ਧਰਮ ਵਿੱਚ ਪੱਕਾ ਹੈ ਨਾ, ਗੁਰੂ ਨੂੰ ਜਾਣ ਕੇ ਸਨਮੁੱਖ, ਉਹ ਥੋੜ੍ਹੀ ਬਾਣੀ ਵੀ ਪੜ੍ਹੂ ਅਤੇ ਸਤਿਗੁਰੂ 90 ਨੰਬਰ ਦੇ ਦੇਣਗੇ 90। ਰਹਿਤ ਇੱਕ ਐਸੀ ਚੀਜ਼ ਆ ਅਤੇ ਮੇਰਾ ਸਤਿਗੁਰ ਪਾਤਸ਼ਾਹ ਕਹਿੰਦੇ ਗੁਰ ਦੇਖਿਆ ਜਾਏ ਮਨ ਵਸੇ, ਨਾਨਕ ਮਸਤਕ ਭਾਗ ਜਿਹਦੇ ਮੱਥੇ ਦੇ ਭਾਗ ਹੁੰਦੇ। ਅੱਗੇ ਜਾ ਕੇ ਕਹਿੰਦੇ ਸੱਸਾ ਮੈਂ ਹੁਣ ਸ਼ਰਨ ਪਰੇ ਅਬ ਹਾਰੇ, ਬੋਲੋ ਅੱਜ ਸੁਸਤੋ, ਸੱਸਾ ਸ਼ਰਨ ਪਰੇ ਹੁਣ ਹਾਰ ਕੇ ਮੈਂ ਤੇਰੀ ਸ਼ਰਨ 'ਚ ਆ ਗਿਆ। ਤੇਰੇ ਤੋਂ ਬਿਨਾਂ ਸ਼ਾਸਤਰ ਸਿਮਰਤ ਬੇਦ ਪੁਕਾਰੇ, ਇਹਨਾਂ ਦਾ ਮੈਂ ਬੜੇ ਪਾਠ ਸੁਣੇ ਨੇ ਸ਼ਾਸਤਰਾਂ ਦੇ ਸਿਮਰਤਾਂ ਦੇ, ਮਗਰ ਹਾਰ ਕੇ ਕੁਛ ਨਹੀਂ ਮਿਲਿਆ। ਸਿਮਰਤ ਵੇਦ ਪੁਰਾਣ ਪੁਕਾਰਨ ਬਿਨਾਂ ਸਭ ਕੂੜ ਗਾਲੀ, ਝੋਲੀ 'ਚ ਕੁਝ ਵੀ ਨਹੀਂ ਪਿਆ ਝੋਲੀ 'ਚ, ਅਤੇ ਫਿਰ ਆਣ ਕੇ ਸਗਲ ਦੁਆਰ ਕਹੋ ਛਾੜ ਕੇ ਗਏ ਹੋ, ਨਹੀਂ ਗਹੇ ਹੋ ਗਏ ਹੋ, ਸਾਰੇ ਛੱਡ ਤੇ ਤੇਰਾ ਫੜ ਲਿਆ ਅਤੇ ਇੱਥੋਂ ਖੈਰ ਪਊਗਾ, ਸੱਚਮੁੱਚ ਇੱਥੋਂ ਖੈਰ ਪਊਗਾ। ਅੱਖ ਵਾਹਿਗੁਰੂ, ਜਿਹਨੂੰ ਪਤਾ ਸੀ ਨਾ ਫਰੀਦ ਨੂੰ ਵੀ ਇੱਥੋਂ ਖੈਰ ਕੀ ਮਿਲਦਾ ਹੈ, ਸੱਚਮੁੱਚ ਉਹਨੇ ਸ਼ਬਦ ਬੜੇ ਪਿਆਰੇ ਵਰਤੇ ਨੇ, ਸ਼ੇਖ ਫਰੀਦ ਦੇ ਖੈਰ ਦੀਜੇ, ਪੁੱਤ ਤਾਂ ਨਹੀਂ ਮੰਗਿਆ, ਹਵੇਲੀਆਂ ਤਾਂ ਨਹੀਂ ਮੰਗੀਆਂ, ਗੱਡੀਆਂ ਤਾਂ ਨਹੀਂ ਮੰਗੀਆਂ, ਉਹਨੂੰ ਪਤਾ ਸੀ ਨਾਨਕ ਕੇ ਘਰ ਕੇਵਲ ਨਾਮ। ਜਿਹਨੂੰ ਨਾਮ ਮਿਲ ਗਿਆ, ਨਾਮ ਜਿਣ ਕੇ ਮਨ ਵਸਿਆ, ਮਨ ਵਜੀਆਂ ਰਾਗ ਰਤਨ ਪਰਿਵਾਰ ਪਰੀਆਂ ਸਭ ਕੁਝ ਜ਼ਿੰਦਗੀ 'ਚ ਖੇੜੇ ਹੀ ਖੇੜੇ ਆਉਣਗੇ ਜਦੋਂ ਨਾਮ ਮਿਲ ਗਿਆ। ਸ਼ਾਸਤਰ ਸਿਮਰਤ ਵੇਦ ਪੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਨਿਰਣਾ ਕਰ ਲਿਆ ਕੀ ਕੀਤਾ ਨਿਰਣਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਵਾਹਿਗੁਰੂ 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 ਜੋੜ ਕੇ ਜਪੋ, ਸੁਰਤ ਜੋੜ ਕੇ। ਧੁਨੀ ਚ ਗੁਰੂ, ਧੁਨੀ ਚ ਗੁਰੂ ਵਾਹਿਗੁਰੂ 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 ਵਾਹਿਗੁਰੂ।
ਲਖ ਸਤਨਾਮ ਸ੍ਰੀ ਵਾਹਿਗੁਰੂ। 24, 25, 26 ਦੇ 3 ਦੀਵਾਨ ਅਕਾਲ ਆਸ਼ਰਮ ਸੋਹਾਣੇ ਨੇ, ਸਾਰੇ ਹਾਜ਼ਰੀ ਭਰਿਓ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਉੱਥੇ ਵੀ ਰੌਣਕਾਂ ਲਾਇਓ। ਸਾਸ ਸਾਸ ਹਮ ਭੁੱਲਣ ਹਾਰੇ, ਇਹ ਤਾਂ ਤੁਹਾਡੀ ਮੇਰੀ ਸਾਰਿਆਂ ਦੀ ਅਰਦਾਸ ਆ। ਸਾਸ ਸਾਸ ਹਮ ਭੁੱਲਣ ਹਾਰੇ ਜੁੜ ਕੇ, ਸਾਸ 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 ਹਮ ਅਪਰਾਧੀ ਸਦ ਭੁੱਲ, ਕਹਿ ਦਿਓ ਐਪਲੀਕੇਸ਼ਨ ਦਿਓ, ਹਮ ਅਪਰਾਧੀ ਸਦ ਤੁਮ ਬਖਸ਼ਣ ਹਾਰੇ ਤੁਮ। ਇੱਥੇ ਵੀ ਲਿਖਿਆ ਸਾਸ ਸਾਸ ਹਮ ਭੁੱਲਣ ਹਾਰੇ ਤੁਮ ਸਮਰੱਥ ਅਗਣਤ ਅਪਾਰੇ। ਤੂੰ ਗਿਣਤੀਆਂ ਨਹੀਂ ਕਰਦਾ, ਇੱਕ ਗੱਲ ਨੋਟ ਕਰਿਓ ਮੇਰੀ ਧੀਓ ਗੁਰਸਿੱਖੋ, ਤੁਹਾਨੂੰ ਲਿਖ ਕੇ ਨਹੀਂ ਦੇਣੇ ਪੈਣੇ ਮਹੀਨੇ ਪਾਪ ਕੀਤੇ ਨੇ, ਨਹੀਂ ਪਤਾ ਲੱਗਾ, ਸਿਰਫ ਆਪਣੀ ਐਪਲੀਕੇਸ਼ਨ ਦੇ ਉੱਤੇ ਇੱਕ ਅਕਸ਼ਰ ਲਿਖਣਾ ਹੈ ਕਿ ਅਫੂਅਲ ਗੁਨਾਹ ਹੈ, ਬਸ ਕਿ ਸਾਹਿਬਾ ਗਿਣਤੀਆਂ ਮਿਣਤੀਆਂ ਕਰਦੇ ਹੀ ਨਹੀਂ। ਜਦੋਂ ਤੂੰ ਕਿਹਾ ਵੀ ਮੈਂ ਕਿਸੇ ਦੇ ਪੁੱਛਦਾ ਹੀ ਨਹੀਂ ਤੂੰ ਕਿੰਨੇ ਕੁ ਪਾਪ ਕੀਤੇ, ਸੱਚੀ ਮੁੱਚੀ ਜੇ ਲੇਖਾ ਕਰਨ ਲੱਗੇ ਤਾਂ ਅਸੀਂ ਫਸਾਂਗੇ। ਖਿਨ ਖਿਨ ਭੁੱਲਣ ਹੋਣ, ਕਿੰਨਿਆਂ ਕੁ ਦਾ ਲੇਖਾ ਦਿਓਗੇ? ਆਖੋ ਵਾਹਿਗੁਰੂ, ਪਕੜ ਰਹੇ ਹੋ, ਪਤਾ ਲੱਗ ਰਿਹਾ? ਕਿੰਨਿਆਂ ਕੁ ਦਾ ਲੇਖਾ ਦਿਓਗੇ? ਕਿੰਨੇ ਦੀ ਕਾਊਂਟਿੰਗ ਕਰਾਓਗੇ ਵੀ ਇੰਨੇ ਮੇਰੇ ਗਿਣ ਲਓ ਜੀ? ਖਿਨ ਖਿਨ ਇੱਕ ਅੱਖ ਦੇ ਫਰੱਕੇ ਫਰੱਕੇ ਜਿੰਨਾ ਜੇ ਸਾਰੇ ਹੀ ਭੁੱਲਦੇ ਹਾਂ, ਇੰਨਾ ਪਤਾ ਵਾ ਵੀ ਅਸੀਂ ਗੁਨਾਹ ਹੀ ਇੰਨੇ ਕੀਤੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਤਾਂ ਫਿਰ ਉੱਤੇ ਲਿਖ ਦਿਓ ਫਿਰ ਛੁੱਟ ਜਾਓਗੇ। ਕਿ ਅਫੂਅਲ, ਫਿਰ ਬੋਲੋ ਕਿ ਸ਼ਾਹਾਨ। ਇੱਕ ਗੱਲ ਨੋਟ ਕਰਿਓ, ਇੱਕ ਹੁੰਦਾ ਹਾਈਕੋਰਟ ਦੇ ਵਿੱਚ ਕੇਸ ਮੇਰੇ ਹੱਕ 'ਚ ਚੱਲਦੇ ਅਤੇ ਦੂਸਰੀ ਪਾਰਟੀ ਸੁਪਰੀਮ ਕੋਰਟ 'ਚ ਕਰਦੀ। ਸ਼ਾਹਾਨ ਸ਼ਾਹ ਜਿਹੜਾ ਸ਼ਬਦ ਲਿਖਿਆ ਇਸ ਕਰਕੇ ਲਿਖਿਆ ਵੀ ਤੇਰੇ ਤੋਂ ਉੱਤੇ ਕੋਈ ਅਦਾਲਤ ਨਹੀਂ, ਜਿਹਨੂੰ ਤੂੰ ਬਖਸ਼ ਦਿੱਤਾ ਅੱਗੇ ਕੋਈ ਅਦਾਲਤ ਨਹੀਂ ਗੀ। ਜੇ ਤੇ ਕੋਈ ਕੇਸ ਕਰ ਦੂ ਵੀ ਪਰਮਜੀਤ ਸਿੰਘ ਨੂੰ ਕਿਉਂ ਬਖਸ਼ਤਾ ਜੀ, ਇਹਨੂੰ ਕਿਉਂ ਬਖਸ਼ਤਾ ਦਿੱਤਾ, ਮੈਂ ਦਾਅਵਾ ਕਰਦਾ ਵਾਂ ਵੀ ਇਹਦਾ ਦੁਬਾਰਾ ਕੇਸ ਲੱਗੇ। ਆਖੋ ਵਾਹਿਗੁਰੂ, ਗੱਜ ਕੇ ਬੋਲੋ, ਤੇਰੇ ਤੋਂ ਉੱਤੇ ਕੋਈ ਅਦਾਲਤ, ਸ਼ਾਹਾਨ ਸ਼ਾਹ ਸ਼ਾਹਾਂ ਦਾ, ਤੇਰੇ ਤੋਂ ਉੱਤੇ ਕੋਈ ਅਦਾਲਤ ਨਹੀਂ। ਅਤੇ ਜਿਹੜਾ ਉਹਨੇ ਬਖਸ਼ ਦਿੱਤਾ ਨਾ ਕਿ ਅਫੂਅਲ, ਲਿਖੋਗੇ ਨਾ ਸੁਰਤ ਵਿੱਚ ਇੱਕ ਵਾਰ ਨਿਤਨੇਮ ਤੋਂ ਬਾਅਦ ਛੋਟੇ ਜਿਹੇ ਦੋ ਅਕਸ਼ਰ ਸੁਰਤ ਵਿੱਚ ਪਾ ਕੇ, ਕਿਸੇ ਕਲਮ ਨਾਲ ਨਹੀਂ ਲਿਖਣੇ, ਕਲਮ ਨਾਲ ਨਹੀਂ ਲਿਖਣੇ, ਸੁਰਤ ਵਿੱਚ ਹੀ ਰੋਜ਼ ਨਿਤਨੇਮ ਤੋਂ ਬਾਅਦ ਕਹਿ ਦਿਆ ਕਰੋ, ਸਤਿਗੁਰੂ ਬੜਾ ਭਰੋਸਾ ਬਣਦਾ ਹੈ ਜਦੋਂ ਮੈਂ ਤੇਰਾ ਅਕਸ਼ਰ ਪੜ੍ਹਦਾ ਕਿ ਅਫੂਅਲ ਗੁਨਾਹ ਹੈ, ਮੈਨੂੰ ਪਤਾ ਲੱਗਾ ਤੂੰ ਤਾਂ ਸਾਰੇ ਹੀ ਗੁਨਾਹ ਮਾਫ਼ ਕਰ ਦਿੰਦਾ ਹੈ। ਇਹਦਾ ਅਰਥ ਇਹ ਆ ਕਿ ਸਾਰੇ ਅਫੂਅਲ ਗੁਨਾਹ ਦਾ ਮਤਲਬ ਸਾਰੇ ਗੁਨਾਹ ਮਾਫ਼ ਕਰਨ ਵਾਲਾ, ਬੋਲੋ ਜਰਾ ਸਾਰੇ। ਸਾਨੂੰ ਇਹ ਵੀ ਪਤਾ ਲੱਗਾ ਕਿ ਨਰਕੰ ਪ੍ਰਣਾਸ ਹੈ, ਸਾਨੂੰ ਇਹ ਵੀ ਪਤਾ ਲੱਗਾ ਹੈ ਵੀ ਜੇ ਕਿਸੇ ਦੇ ਕਰਮਾਂ ਕਰਕੇ ਬੰਦਾ ਨਰਕ 'ਚ ਵੀ ਪੈ ਗਿਆ ਹੋਵੇ ਨਾ, ਤੂੰ ਉੱਥੋਂ ਵੀ ਕੱਢ ਲਿਆਉਣਾ ਅਤੇ ਤੇਰੇ ਅੱਗੇ ਚਰਨਾਂ 'ਚ ਬੇਨਤੀ ਹੈ। ਤੁਮ ਸਮਰੱਥ ਅਗਣਤ ਅਪਾਰੇ, ਪਿਛਲੀ ਤੁਕ ਵਿੱਚ ਹੁਣ ਮੈਂ ਤੇਰੀ ਸ਼ਰਨ ਵਿੱਚ ਆਣ ਕੇ ਡਿੱਗ ਪਿਆ। ਸਰਨ ਪਰੇ ਕੀ ਰਾਖ ਦਿਆਲਾ, ਜੋੜੋ ਹੱਥ, ਇਹ ਐਪਲੀਕੇਸ਼ਨ ਦੀ ਹੈ। ਸ਼ਰਨ ਪਰੇ ਕੀ,
ਨਾਨਕ ਤੁਮਰੇ ਬਾਲ ਗੋਪਾਲਾ, ਨਾਨਕ ਤੁਮਰੇ ਸਤਿਗੁਰੂ ਜੀ ਅਸੀਂ ਤੇਰੇ ਬੱਚੇ ਹਾਂ ਅਤੇ ਤੂੰ ਸਾਡਾ ਪਾਲਕ ਹੈ, ਤੂੰ ਸਾਨੂੰ ਪਾਲਣ ਵਾਲਾ ਹੈ, ਸ਼ਰਨ ਪਰੇ ਦੀ ਰੱਖ ਲਾ ਸਤਿਗੁਰੂ। ਅਤੇ ਕਿਉਂ ਜ਼ਰੂਰ ਸੋਚੀ ਨਾ ਪਿਓ, ਕਿਉਂ ਸਦ ਸੁਣਦਾ ਸਦ ਵੇਖਦਾ ਉਹ ਤੁਹਾਨੂੰ ਸਾਰੀਆਂ ਧੀਆਂ ਵੀਰਾਂ ਗੁਰਸਿੱਖਾਂ ਨੂੰ। ਇਹ ਸਾਡੀ ਗੱਲ ਆ ਵੀ ਸਾਹਮਣੇ ਬਹਿ ਕੇ ਵੀ ਅਸੀਂ ਬਾਹਰ ਤੁਰੇ ਫਿਰਦੇ ਹਾਂ, ਤੁਰੇ ਫਿਰਦੇ ਕਿ ਨਹੀਂ ਬੋਲੋ, ਸਾਹਮਣੇ ਬੈਠੇ ਗੁਰੂ ਦੇ ਹਾਂ ਅਤੇ ਸੁਰਤ ਕਰਕੇ ਬਾਹਰ ਵੀ ਚਲੇ ਗਏ, ਫਿਰ ਤੁਰ ਕੇ ਵੀ ਆ ਗਏ, ਫਿਰ ਆ ਗਏ। ਮੇਰਾ ਸਤਿਗੁਰੂ ਪਾਤਸ਼ਾਹ ਦੇਨ ਦੁਨੀਆ ਦੇ ਮਾਲਕ ਕਹਿੰਦੇ ਹਾਜ਼ਰ ਨਾਜ਼ਰ ਜਾਣ ਕੇ ਇੱਕ ਵਾਰ ਕਹਿ ਦੇ ਨਾਨਕ ਤੁਮਰੇ ਬਾਲ ਗੋਪਾਲਾ, ਅਸੀਂ ਤੁਹਾਡੇ ਬੱਚੇ ਹਾਂ ਅਤੇ ਤੁਸੀਂ ਸਮਰੱਥ ਹੋ, ਬਖਸ਼ੰਦ ਹੋ, ਮੇਰਾ ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਬਖਸ਼ੇ। ਫਿਰ ਇੱਕ ਵਾਰ ਬੇਨਤੀ ਹੈ, ਕੱਲ੍ਹ ਨੂੰ ਉੱਥੇ 7 ਤੋਂ 8 ਟਾਈਮ ਆ ਜੀ, ਉੱਥੇ ਭੁਲੇਖੇ 'ਚ ਨਾ ਰਹਿਣਾ, ਉੱਥੋਂ ਦਾ ਟਾਈਮ 7 ਤੋਂ 8 ਆ, ਸਮੇਂ ਦੇ ਨਾਲ 6 ਤੋਂ 7 ਉੱਥੇ ਸਿਮਰਨ ਹੁੰਦਾ ਹੈ, 7 ਤੋਂ 8 ਫਿਰ ਉੱਥੇ ਕਥਾ ਹੋਊਗੀ 3 ਦਿਨ ਲਗਾਤਾਰ। ਅਤੇ ਆਪਾਂ ਜਿੱਥੇ ਸਾਹਿਬਜ਼ਾਦਿਆਂ ਛੋਟਿਆਂ ਦੇ ਸ਼ਹੀਦੀ ਦਾ ਵਿਚਾਰ ਕਰਾਂਗੇ, ਉੱਥੇ ਰਾਏ ਇਕੱਲੇ ਨੂੰ ਵੀ ਮਿਲਣਗੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਟਾਹਲੀ ਸਾਹਿਬ ਗੁਰੂ ਰਾਏ ਕਵਟ ਜਾ ਕੇ, ਜਿਹੜਾ ਬੜੇ ਚਿਰ ਤੋਂ ਕਹਿੰਦਾ ਸੀ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਸੁਣਿਆ ਸੀ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਹੈਗੇ, ਮੁਸਲਮਾਨ ਜਾਪਦਾ ਸੀ ਮਗਰ ਉਡੀਕਦਾ ਸੀ, ਅਤੇ ਸਾਰੇ ਲੰਗਰ ਛੱਕ ਕੇ ਜਾਇਓ, ਮੇਰੀ ਹੱਥ ਜੋੜ ਕੇ ਬੇਨਤੀ ਆ। ਇੱਧਰ ਵੇਖੋ ਭਾਈ ਸਾਹਿਬ ਜੀ, ਜਿਨ੍ਹਾਂ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ, ਗੁਰਦੁਆਰੇ ਵਾਲਿਆਂ ਦੀ ਬੇਨਤੀ ਹੈ, ਲੰਗਰ ਬਹੁਤ ਬਣਿਆ, ਇੱਕ ਇੱਕ ਪ੍ਰਸ਼ਾਦਾ ਹੀ ਭਾਵੇਂ ਛੱਕ ਕੇ ਜਾਇਓ, ਲੰਗਰ ਛੱਕ ਕੇ ਜਾਣਾ ਜੀ, ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਅਮਰ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ।